ਨ ਵਾੜੇ ਸੀ ਇੱਥੇ ਇੱਕ ਭੱਲੂ ਦਾ ਵਾੜਾ ਸੀ ਇੱਕ ਭੇਡਾਂ ਦੇ ਇੱਕ ਕੌੜੀ ਦਾ ਵਾੜਾ ਸੀ ਇੱਕ ਠੂਠੀ ਦਾ ਵਾੜਾ ਸੀ ਜਿਸ ਕਰਕੇ ਜਿਆਪਾਤ ਹੈ ਨਾ ਇਹ ਰਾਜਸਥਾਨ ਚੋਂ ਆਏ ਨੇ ਪਾਕਿਸਤਾਨ ਚੋਂ ਨਹੀਂ ਆਏ ਅੱਛਾ ਜੇ ਪਰ ਜਾਪਾਤਾ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਜਿਹੜੇ ਘਰ ਹੈ ਉਹ ਸਾਰੇ ਮਤਲਬ ਪਾਕਿਸਤਾਨ ਚੋਂ ਤੇ ਕੁਝ ਰਮਦਾਸੀਆਂ ਦੇ ਘਰ ਨੇ ਉਹ ਵੀ ਰਾਜਸਥਾਨ ਚੋਂ ਆਏ ਨੇ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਤੇ ਉਹ ਜਿਹੜੇ ਨਾ ਰਾਜਸਥਾਨ ਤੋਂ ਪਰਜਾਪਦਾਂ ਦੇ ਤਾਂ 1947 ਤੋਂ ਪਹਿਲਾਂ ਆਏ ਨੇ ਘਰ ਜਿਵੇਂ ਸੁਣਣ ਵਿੱਚ ਆਇਆ ਸਾਨੂੰ ਬਜ਼ੁਰਗਾਂ ਤੋਂ ਸੁਣਿਆ ਤੇ ਜਿਹੜੇ ਹਰੀਜਣਾਂ ਦੀ ਆਬਾਦੀ ਹੈ ਇਹ ਪਾਕਿਸਤਾਨ ਬਣਨ ਤੋਂ ਬਾਅਦ ਵਿੱਚ ਆਏ ਨੇ ਹਾਂਜੀ ਠੀਕ ਹੈ ਠੀਕ ਹਾਂਜੀ ਉਹ ਯਾਨੀ ਮਿਹਨਤ ਮਜ਼ਦੂਰੀ ਕਰਨੇ ਤੇ ਆਏ ਪਰ ਇੱਥੇ ਹੀ ਵਸ ਗਏ ਹਾਂ ਹਾਂ ਕਿਵੇਂ ਕੀ ਜਿਹੜਾ ਤੁਸੀਂ ਪਿੰਡਾਂ ਦਾ ਨਾਮ ਲੈਂਦੇ ਹੋ ਭੱਲਣਵਾੜਾ ਕੌੜੀਵਾੜਾ ਇਹਦੇ ਦੇਖੋ ਜੀ ਹੁਣ ਨਾਂ ਤਰੇ ਗਏ ਨੇ ਪਹਿਲਾਂ ਉਹਨੂੰ ਵਾੜਾ ਕਹਿੰਦੇ ਇਹਨੂੰ ਕੌੜੀ ਕਹਿੰਦੇ ਸੀ ਹਾਂ ਨਿਸ਼ਾਨੀ ਹੈ ਨਾ ਵੈਲਦਾਪੁਰ ਜਿਹੜਾ ਸੱਸੀ ਹੈ ਉਹ ਪੁਰਾਣੇ ਪੁਲ ਨੇ ਅੰਗਰੇਜ਼ਾਂ ਦੇ ਬਾਰੇ ਦੇ ਇਸ ਉਸੇ ਪਾਣੀ ਦੇ ਉਸੇ ਪਾਣੀ ਦੇ ਉਸੇ ਵਧੀਆ ਸੜੀਆਂ ਪਿੰਡ ਇੱਥੇ ਲੜਾਈ ਝਗੜਾ ਨਹੀਂ ਕੋਈ ਦੋ ਕੁੱਤੇ ਲੜਦੇ ਸਾਨੂੰ ਛਡਾਉਣ ਨੂੰ ਛੋਟੀ ਨਹੀਂ ਮਿਲਦੀ ਇੰਨਾ ਲੋਕਾਂ ਦਾ ਭਰਾ ਦਾ ਉਸੇ ਪ੍ਰੇਮ ਹੈ ਜੀ ਚੰਗੀ ਗੱਲ ਹੈ ਪਿੰਡ ਦੇ ਵਿੱਚ ਇਧਵਾ ਆ ਇੱਥੇ ਪ੍ਰੈਸ ਮਾਰ ਮੋੜ ਕਰਦੇ ਰਹੇ ਨੇ ਉਦੋਂ ਇੱਥੇ ਹੋਣੀ ਬਸ ਹਾਂ ਪਹਿਲੇ ਗਰੌਂਡੀ ਕੋਈ ਨਹੀਂ ਗੱਲ ਕੀਤੀ ਸੀ ਜੀ ਹਾਂ ਹਾਂ ਦੂਰ ਤਾਂ ਹੁਣ ਜੀ ਅਸਲ ਤਾਂ ਡਿਸਪੈਂਸਰੀ ਕੋਈ ਨਹੀਂ ਗਈ ਪਸ਼ੂ ਡੰਗਰ ਜੇ ਬਿਮਾਰ ਜੇ ਕੋਈ ਕਿਸੇ ਦਾ ਥਾਦਾ ਨਹੀਂ ਕੋਈ ਹੈ ਕੋਈ ਜੀਜੀ ਨਹੀਂ ਥੇਗੀ ਸਤਿ ਸ਼੍ਰੀ ਅਕਾਲ ਜੀ ਪਿੰਡ ਦਾ ਗੇੜਾ ਮੁਹਿੰਮ ਦੇ ਤਹਿਤ ਅੱਜ ਅਸੀਂ ਪਿੰਡ ਪਹੁੰਚੇ ਹਾਂ ਕੌੜੀਵਾੜਾ ਵਿਖੇ ਜੋ ਕਿ ਰਤੀਏ ਤੋਂ ਸਰਦੂਰਗੜ ਰੋਡ ਤੇ ਥੋੜਾ ਸੜਕ ਤੋਂ ਮੇਨ ਸੜਕ ਤੋਂ ਥੋੜਾ ਪਿੱਛੇ ਜਿਹੜਾ ਛੋਟਾ ਜਿਹਾ ਪਿੰਡ ਹੈ ਇਹ ਵਸਿਆ ਹੋਇਆਗਾ ਤੇ ਇਸ ਪਿੰਡ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਤਕਰੀਬਨ 1100 ਦੇ ਕਰੀਬ ਜਿਹੜੀ ਇਸ ਪਿੰਡ ਦੀ ਜਨਸੰਖਿਆ ਹੈਗੀ ਹੈ ਤੇ ਜਿਹੜੀ ਵੋਟਾਂ ਦੀ ਗੱਲ ਕਰੀਏ ਤਾਂ 780 ਦੇ ਕਰੀਬ ਇੱਥੋਂ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਤੇ ਪਿੰਡ ਦਾ ਰਕਵਾ ਦੀ ਗੱਲ ਕਰੀਏ ਤਾਂ 780 ਏਕੜ ਜਿਹੜਾ ਇਸ ਪਿੰਡ ਦਾ ਰਕਵਾ ਹੈਗਾ ਤੇ ਪਿੰਡ ਦਾ ਸਰਪੰਚ ਹੈ ਜਿਹੜੀ ਲੇਡੀ ਸਰਪੰਚ ਨੇ ਦਰਸ਼ਨਾ ਦੇਵੀ ਸਰਪੰਚ ਨੇ ਇਸ ਪਿੰਡ ਦੇ ਤੇ ਦੋ ਨੰਬਰਦਾਰ ਇਸ ਪਿੰਡ ਦੇ ਹੈਗੇ ਆ ਤੇ ਇੱਕ ਗੁਰਦੁਆਰਾ ਸਾਹਿਬ ਤੇ ਇੱਕ ਡੇਰਾ ਤੇ ਇੱਕ ਪੀਰਾਂ ਦੀ ਜਗ੍ਹਾ ਜਿਹੜੀ ਬਣੀ ਹੋਈ ਹੈ ਜਿੱਥੇ ਕਿ ਹਰ ਸਾਲ ਮੇਲਾ ਲੱਗਦਾ ਤੇ ਡੇਰੇ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਯਾਦ ਹਰ 13 ਪੋ ਨੂੰ ਜਿਹੜੀ ਹੈ ਮਨਾਈ ਜਾਂਦੀ ਹੈ ਜੇ ਇੱਥੇ ਧਰਮਸ਼ਾਲਾ ਦੀ ਗੱਲ ਕਰੀਏ ਤਾਂ ਕੁੱਲ ਤਿੰਨ ਧਰਮਸ਼ਾਲਾ ਨੇ ਇੱਥੇ ਇੱਕ ਆਂਗਣਵਾਲੀ ਹੈ ਇੱਕ ਸ਼ਮਸ਼ਾਨ ਘਾਟ ਹੈਗਾ ਤੇ ਇੱਕ ਪਸ਼ੂ ਹਸਪਤਾਲ ਸੀ ਜੋ ਕਾਫੀ ਪੁਰਾਣੇ ਸਮਿਆਂ ਦੇ ਵਿੱਚ ਸੀਗਾ ਤੇ 2 ਸਾਲ ਚੱਲਣ ਤੋਂ ਬਾਅਦ ਉਹ ਵੀ ਜਿਹੜਾ ਤਕਰੀਬਨ ਬੰਦ ਹੋ ਗਿਆ ਤੇ ਇਹ ਜਿਹੜੀ ਹੈਗੀ 1996 ਦੇ ਟਾਈਮ ਦੀ ਤਕਰੀਬਨ ਗੱਲ ਹੈਗੀ ਹੈ ਇੱਥੇ ਇੱਕ ਛੱਪੜ ਹੈਗਾ ਇੱਕ ਵਾਟਰ ਟੈਂਕਸ ਇੱਕ ਹੈਗਾ ਸਕੂਲ ਇੱਕ ਹੈ ਪ੍ਰਾਇਮਰੀ ਸਕੂਲ ਹੈ ਗਰਾਊਂਡ ਹੈਗਾ ਜਿਮ ਹੈਗਾ ਗਰਾਊਂਡ ਤੋਂ ਜ਼ਿਆਦਾ ਗੱਲ ਦੋਸਤੋ ਇੱਕ ਗੱਲ ਹੋਰ ਦੱਸਦੀ ਐ ਇੱਥੋਂ ਦਾ ਇੱਕ ਇੰਟਰਨੈਸ਼ਨਲ ਕਬੱਡੀ ਖਿਡਾਰੀ ਵੀ ਹੋਇਆ ਬੋਰ ਸਿੰਘ ਜਿਨੇ ਕੇ ਪਿੰਡ ਦਾ ਜਿਹੜਾ ਨਾਮ ਰੋਸ਼ਨ ਕੀਤਾ ਇਸ ਗਰਾਊਂਡ ਦੇ ਵਿੱਚੋਂ ਹੀ ਉੱਠ ਕੇ ਜੇ ਫਸਲਾਂ ਦੇ ਪਾਣੀ ਦੇ ਸਾਧਨ ਦੀ ਗੱਲ ਕਰੀਏ ਤਾਂ ਇੱਥੇ ਨਹਿਰੀ ਪਾਣੀ ਤੇ ਗਰਾਊਂਡ ਵਾਟਰ ਹੈ ਜਿਹੜਾ ਫਸਲਾਂ ਲਈ ਵਰਤਿਆ ਜਾਂਦਾ ਤੇ ਫਸਲ तकरीबन ਹਰ ਫਸਲ ਇੱਥੇ ਜਿਹੜੀ ਝੋਨਾ ਨਰਮਾ ਕਣਕ ਸਬਜ਼ੀਆਂ ਵਗੈਰਾ ਸਾਰੀਆਂ ਫਸਲਾਂ ਇੱਥੇ ਬੀਜੀਆਂ ਜਾਂਦੀਆਂ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ तकरीबन 10 ਦੇ ਕਰੀਬ ਇਸ ਪਿੰਡ ਦੇ ਵਿੱਚ ਛੋਟੇ ਜਿਹੇ ਪਿੰਡ ਦੇ ਵਿੱਚੋਂ ਸਰਕਾਰੀ ਮੁਲਾਜ਼ਮਾਂ ਹਾਂ ਜਿਹੜੇ ਹੈਗੇ ਜੇ ਪਿੰਡ ਦੀ ਸਥਾਪਨਾ ਦੀ ਗੱਲ ਕਰੀਏ ਤਾਂ ਇਸ ਪਿੰਡ ਦੀ ਤਕਰੀਬਨ 18ਵੀਂ ਸਦੀ ਦੇ ਵਿੱਚ ਹੈ ਜਿਹੜੀ ਪਿੰਡ ਦੀ ਸਥਾਪਨਾ ਜਿਹੜੀ ਹੋਈ ਸੀ ਤੇ ਪ੍ਰੋਪਰ ਸਨ ਹੈ ਜਿਹੜਾ ਇਸ ਪਿੰਡ ਦੇ ਵਿੱਚੋਂ ਕਾਫੀ ਪਤਾ ਕਰਿਆ ਤੇ ਲੇਕਿਨ ਉਹ ਪ੍ਰੋਪਰ ਸਨ ਹੈ ਜਿਹੜਾ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਪਰ ਇੰਨਾ ਜ਼ਰੂਰ ਹੈ ਵੀ ਇਸ ਦੀ ਸਥਾਪਨਾ ਜਿਹੜੀ 18ਵੀਂ ਸਦੀ ਦੇ ਵਿੱਚ ਹਾਂ ਹੋਈ ਸੀ ਦਾ ਆਪਣੇ ਨਾਲ ਕੁਝ ਮੋਤਵਰ ਬੰਦੇ ਇੱਥੇ ਪਿੰਡ ਵਾਸੀ ਮੌਜੂਦ ਨੇ ਆਪਾਂ ਉਹਨਾਂ ਤੋਂ ਕੁਝ ਪਿੰਡ ਦੇ ਇਤਿਹਾਸ ਬਾਰੇ ਜਾਣਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਇਹ ਛੋਟਾ ਜਿਹਾ ਪਿੰਡ ਹੈਗਾ ਇਹ ਕਾਫੀ ਸਹੂਲਤਾਂ ਤੋਂ ਵੀ ਵਾਂਝਾ ਆ ਆਪਾਂ ਉਹਨਾਂ ਦੇ ਵੀ ਵਿਚਾਰ ਚਰਚਾ ਕਰਾਂਗੇ ਆਪਾਂ ਗੱਲ ਕਰਦੇ ਆਂ ਪਹਿਲਾਂ ਇਸ ਪਿੰਡ ਦੇ ਨੰਬਰਦਾਰ ਸਾਹਿਬ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਵਿਜੇ ਕੁਮਾਰ हां विजय कुमार जी आपा ਪਿੰਡ ਦੇ ਪਹਿਲਾ ਇਤਿਹਾਸ ਤੇ ਥੋੜਾ ਜਿਹਾ ਚਾਨਣਾ ਮਰਵਾ ਲਈ ਆਪਣੇ ਦਰਸ਼ਕਾਂ ਨੂੰ ਕੀ ਇਤਿਹਾਸ ਸੀ ਪਿੰਡ ਦੀ ਕਿਵੇਂ ਸਥਾਪਨਾ ਹੋਈ ਕਿਵੇਂ ਵਸਿਆ ਦਰਸਲ ਇਹ ਪਿੰਡ ਜਿਹੜਾ ਹੈ ਵਸਿਆ ਤਾਂ ਬਹੁਤ ਪੁਰਾਣਾ ਹੈ ਜੋ ਬਜ਼ੁਰਗਾਂ ਤੋਂ ਪਤਾ ਲੱਗਿਆ ਸਾਨੂੰ ਅਸਲ ਵਿੱਚ ਇਹ ਆ ਵੀ ਇਹ ਪਿੰਡ 1947 ਤੋਂ ਪਹਿਲਾਂ ਸਾਲਮ ਹੀ ਮੁਸਲਮਾਨਾਂ ਦੀ ਆਬਾਦੀ ਦਾ ਸੀ ਲੋਕਲ ਲੋਕ ਇੱਥੇ ਕੋਈ ਨਹੀਂ ਸੀ ਰਹਿੰਦੇ ਇੱਕ ਦੋ ਘਰ ਸੀ ਪਰਜਾ ਪਤਾਂ ਦੇ ਉਹ ਵੀ ਜਿਹੜੇ ਆ ਉਹ ਅੰਬਾਰ ਅੰਦਰ ਜਾ ਕੇ ਕਿਤੇ ਆਵਾ ਪਾਰਿਆ ਕਿਤੇ ਪੱਠਾ ਲਾ ਲਿਆ ਉਹ ਬਾਹਰ ਅੰਦਰ ਰਹਿੰਦੇ ਸੀ ਪੱਕੇ ਇਥੇ ਘੱਟ ਰਹਿੰਦੇ ਸੀ ਹਮ ਉਹਨਾਂ ਤੋਂ ਵੀ ਸਾਨੂੰ ਕੋਈ ਬਹੁਤਾ ਨਹੀਂ ਪਤਾ ਲੱਗ ਸਕਿਆ ਵੀ ਇਸ ਪਿੰਡ ਦਾ ਇਤਿਹਾਸ ਕੀ ਹੈ 1947 ਤੋਂ ਬਾਅਦ ਜਦੋਂ ਮੁਸਲਮਾਨ ਚਲੇ ਗਏ ਤੇ ਚੜ ਲੈnde ਪੰਜਾਬ ਚੋਂ ਲੋਕ ਇੱਧਰ ਆਏ ਤੇ ਉਹਨਾਂ ਨੂੰ ਆ ਕੇ ਜਿਹੜਾ ਇਥੇ ਉਹਨਾਂ ਨਾਲ ਆਪਦਾ ਵਸੇਬਾ ਕੀਤਾ ਲਾਟਮੈਂਟਾਂ ਹੋਈਆਂ ਤੇ ਅੱਜ ਉਹ ਪਿੰਡ ਜਿਹੜਾ ਸਾਡਾ ਇੱਕ ਪੂਰਾ ਭਰਿਆ ਭਕੁੰਨਿਆ ਪਿੰਡ ਹੈ ਦੀ ਆਬਾਦੀ ਭਾਵੇਂ ਇਹਦੀ ਥੋੜੀ ਆ 1100 ਦੇ तकरीबन ਹੈ ਵੋਟਾਂ ਜਿਹੜੀਆਂ ਨੇ 700 ਤੇ 75 77 ਵੋਟਾਂ ਨੇ ਜਿਹਦੇ ਵਿੱਚੋਂ 400 24 ਮਰਦ ਤੇ 354 ਜਿਹੜੀਆਂ ਉਹ ਲੇਡੀ ਦੀਆਂ ਵੋਟਾਂ ਨੇ ਠੀਕ ਹੈ ਜੀ ਅੱਜ ਅਪ ਜੇ ਅਪ ਗੱਲ ਕਰੀਏ ਨੰਬਰ 10 ਇਸ ਪਿੰਡ ਦਾ ਜਿਹੜਾ ਕੌੜੀ ਵਾਰਡਾ ਪਿੰਡ ਹੈ ਇਹ ਕਿਵੇਂ ਨਾਮ ਕਿਵੇਂ ਪਿਆ ਇਹ ਸੁਣਨ ਵਿੱਚ ਇਹ ਆਇਆ ਜੋ ਪੁਰਾਣੇ ਬਜ਼ੁਰਗਾਂ ਤੋਂ ਜਾਂ ਆਸ-ਪਾਸ ਦੇ ਜਿਹੜੇ ਪੁਰਾਣੇ ਬਜ਼ੁਰਗ ਪਿੰਡਾਂ ਦੇ ਰਹਿੰਦੇ ਸੀਗੇ ਭਾਵੇਂ ਸਾਡੇ ਪਿੰਡ ਦੇ ਲੋਕ ਜਿਹੜੇ ਨੇ ਬਾਹਰੋਂ ਆਏ ਨੇ ਇਹਨਾਂ ਬਹੁਤਾ ਇਤਿਹਾਸ ਨਹੀਂ ਪਤਾ ਪਰ ਫਿਰ ਵੀ ਆ ਆਮ ਯਾਨੀ ਲਾਮ ਦੇ ਪਿੰਡਾਂ ਤੋਂ ਪਤਾ ਲੱਗਦਾ ਉਹ ਇਸ ਤਰ੍ਹਾਂ ਵੀ ਇਹ ਪਿੰਡ ਦਾ ਜਿਹੜਾ ਰਕਬਾ ਹੈ ਇਹ ਆਲੂਪੁਰ ਤੋਂ ਹੈ ਤਿੰਨ ਵਾੜੇ ਸੀ ਇੱਥੇ ਇੱਕ ਭੱਲੂ ਦਾ ਵਾੜਾ ਸੀ ਇੱਕ ਭੇਡਾਂ ਦੇ ਇੱਕ ਕੌੜੀ ਦਾ ਵਾੜਾ ਸੀ ਇੱਕ ਠੂਠੀ ਦਾ ਵਾੜਾ ਸੀ ਜਿਸ ਕਰਕੇ ਇੱਕ ਤੋਂ ਨਾਲਗਵਾਂਡ ਪਿੰਡ ਭੱਲਣਵਾੜਾ ਸੁਣ ਵਿੱਚ ਇਹ ਆਇਆ ਵੀ ਭੱਲਣ ਇਹ ਭੱਲੂ ਜਿਹੜਾ ਸੀ ਉਹਦੀ ਸਾਲੀ ਸੀ ਕੌੜੀ ਉਹਦਾ ਇੱਥੇ ਭੇਡਾਂ ਦਾ ਵਾੜਾ ਸੀ ਜਿਸ ਕਰਕੇ ਉਹਦਾ ਨਾ ਕੌੜੀ ਵਾੜਾ ਬਣਾ ਦਰਮਿਆਨ ਵਿੱਚ ਇੱਕ 5-10 ਘਰਾਂ ਦਾ ਹੋਰ ਵਾੜਾ ਸੀ ਉਹ ਠੂਠੀ ਵਾੜਾ ਸੀ ਪਰ ਅੱਜ ਉੱਥੇ ਕੋਈ ਰਹਿائش ਨਹੀਂ ਉਹਦੀ ਜਿਹੜੀ ਜ਼ਮੀਨ ਹੈ ਉਹ ਆਲੂ ਪਰਚ ਮਰਜ ਹੋ ਕੇ ਹੁਣ ਉਹ ਪਿੰਡ ਬੇਚਰਾ ਗਿਆ ਸਿਰਫ ਤੋਂ ਸਿਰਫ ਜਿਹੜਾ ਸਾਡਾ ਰਕਮੇ ਦਾ ਨਕਸ਼ਾ ਹੈ ਲੱਠੇ ਵਾਲਾ ਉਹਦੇ ਵਿੱਚ ਠੁੱਟੀਵਾੜਾ ਮਤਲਬ ਅਸੀਂ ਪੜ ਸਕਦੇ ਹਾਂ ਹੋਰ ਉਹਦਾ ਕੋਈ ਨਾਮ ਨਿਸ਼ਾਨ ਨਹੀਂ ਹੈ ਸਰਕਾਰੀ ਨਕਸ਼ਾ ਸਰਕਾਰੀ ਨਕਸ਼ਾ ਹਾਂ ਉਹਦੇ ਵਿੱਚ ਉਹਦੇ ਵਿੱਚ ਨਾਂ ਆਉਂਦਾ ਵੀ ਸਰਹੱਦ ਠੁੱਟੀਵਾੜਾ ਬਾਕੀ ਉੱਥੇ ਪਿੰਡ ਦੀ ਰਹਿائش ਕੋਈ ਨਹੀਂ ਕਿਤੇ ਵੀ ਤੇ ਨਾ ਹੀ ਉੱਥੇ ਕੋਈ ਜਿਹੜੀ ਹੈ ਉਹਦਾ ਕੋਈ ਨਾਮ ਨਿਸ਼ਾਨਾ ਚਾਤੇ ਇਹ ਇਸ ਪਿੰਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਕੋਈ ਜਿਵੇਂ ਭੱਲਣਵਾੜਾ ਸੀ ਜਾਂ ਕੌੜੀ ਸੀ ਜਾਂ ਭੱਲਣ ਸੀ ਮਤਲਬ ਉਹਨਾਂ ਦਾ ਕੋਈ ਰਹਿੰਦਾ ਇੱਥੇ ਬਯੁਰਗ ਬੁਰਖਾ ਜਾਂ ਉਹਨਾਂ ਦਾ ਕੋਈ ਪਰਿਵਾਰ ਕੋਈ ਨਹੀਂ ਇਹ ਜਦੋਂ 1947 ਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ ਇਹ ਸਾਰਾ ਪਿੰਡ ਜਿਹੜਾ ਪਿਓਰ ਮੁਸਲਮਾਨਾਂ ਦੀ ਵਾਦੀ ਸੀ ਉਹ ਸਾਰੇ ਇੱਥੋਂ ਚਲੇ ਗਏ ਸੀ ਤੇ ਇੱਥੇ ਫਿਰ ਆ ਕੇ ਜਿਹੜੇ ਉਧਰਲੇ ਪੰਜਾਬ ਤੋਂ ਆ ਕੇ ਲੋਕ ਵਸੇ ਉਹ ਬਹੁਤੇ ਲਾਹੌਰ ਜ਼ਿਲ੍ਹੇ ਦੇ ਹੈ ਇੱਕ ਕਰ ਗੁੱਜਰਾਂਵਾਲੇ ਜ਼ਿਲ੍ਹੇ ਦਾ ਹੈ ਤੇ ਪੰਜ ਚਾਰ ਘਰ ਜਿਹੜੇ ਨੇ ਉਹ ਮਿੰਟ ਗੁੰਮਰੀ ਜ਼ਿਲ੍ਹੇ ਦੇ ਆ ਹਮ ਹ ਰਾਇ ਸਿੱਖਾਂ ਦੇ ਠੀਕ ਹੈ ਠੀਕ ਹੈ ਜੀ ਤੇ ਬਾਕੀ ਹਰੀ ਜਨਵਾਦੀ ਇੱਥੇ ਪਹਿਲਾਂ ਕੋਈ ਨਹੀਂ ਸੀ ਉਹ ਸਾਰੀ 47 ਤੋਂ ਬਾਅਦ ਹੀ ਆਈ ਹੈ ਉਹ ਬਾਅਦ ਹੀ ਆਈ ਹੈ ਹਾਂਜੀ ਹਾਂਜੀ ਜਿੰਨੇ ਜਿੰਨੇ ਵੀ ਇੱਥੇ ਘਰ ਆਏ ਆ ਜਨਨ ਕਿ ਆਪਾਂ ਇਹ ਕਹਿ ਸਕਦੇ ਹਾਂ ਪਾਕਿਸਤਾਨ ਤੋਂ ਆ ਕੇ ਬਸੇ ਹੈ 100% ਸੋ ਪਰਸਪੈਕਟਿਵ ਆਮੋਸ ਲੰਪਾਈ ਉਤਵਲ ਹਾਂਜੀ ਹਾਂਜੀ ਟੋਟਲ ਜਿਹੜੀ ਪਿਓਰ ਆਬਾਦੀ ਮੁਸਲਮਾਨਾਂ ਦੀ ਸੀ ਇੱਥੇ ਔਰ ਉਹਨਾਂ ਦੀ ਜਿਹੜੀ ਇੱਥੇ ਪੁਰਾਣੇ ਘਰਾਂ ਚ ਮਤਲਬ ਸਾਡੇ ਬਜ਼ੁਰਗਾਂ ਕਿ ਉਹਨਾਂ ਪੁਰਾਣੇ ਘਰਾਂ ਚ ਹੀ ਉਹਨਾਂ ਨੇ ਆਪ ਦਾ ਵਸੇਬਾ ਕੀਤਾ ਕਿ ਹੌਲੀ ਹੌਲੀ ਮੁਰਕੇ ਨਵੇਂ ਘਰ ਪਾਏ ਹਾਂ ਹਾਂਜੀ 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 ਪਰਜਾਪਤ ਹੈ ਨਾ ਇਹ ਰਾਜਸਥਾਨ ਚ ਆਏ ਨੇ ਪਾਕਿਸਤਾਨ ਚ ਨਹੀਂ ਆਏ ਅੱਛਾ ਲੈ ਪਰਜਾਪਤ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਜਿਹੜੇ ਘਰ ਹੈ ਉਹ ਸਾਰੇ ਮਤਲਬ ਪਾਕਿਸਤਾਨ ਚੋਂ ਤੇ ਕੁਝ ਰਮਦਾਸੀਆਂ ਦੇ ਘਰ ਨੇ ਉਹ ਵੀ ਰਾਜਸਥਾਨ ਚ ਆਏ ਨੇ ਠੀਕ ਹੈ ਠੀਕ ਹੈ ਹਾਂਜੀ ਕਿ ਉਹ ਜਿਹੜੇ ਨਾ ਰਾਜਸਥਾਨ ਤੋਂ ਪਰਜਾਪਦਾਂ ਦੇ ਤਾਂ 1947 ਤੋਂ ਪਹਿਲਾਂ ਆਏ ਨੇ ਘਰ ਜਿਵੇਂ ਸੁਣਣ ਵਿੱਚ ਆਇਆ ਸਾਨੂੰ ਬਜ਼ੁਰਗਾਂ ਤੋਂ ਸੁਣਿਆ ਤੇ ਜਿਹੜੇ ਹਰੀਜਣਾਂ ਦੀ ਆਬਾਦੀ ਹੈ ਇਹ ਪਾਕਿਸਤਾਨ ਬਣਨ ਤੋਂ ਬਾਅਦ ਵਿੱਚ ਆਏ ਨੇ ਠੀਕ ਹੈ ਠੀਕ ਹਾਂਜੀ ਉਹ ਜਿਹੜੇ ਮਿਹਨਤ ਮਜ਼ਦੂਰੀ ਕਰਨੇ ਤੇ ਆਏ ਪਰ ਇੱਥੇ ਵਸ ਗਏ ਹਾਂ ਹਾਂ ਕਿਵੇਂ ਕੀ ਜਿਹੜਾ ਤੁਸੀਂ ਪਿੰਡਾਂ ਦਾ ਨਾਮ ਲੈਨੇ ਹੋ ਭੱਲਣਵਾੜਾ ਕੌੜੀਵਾੜਾ ਇਹਦੇ ਦੇਖੋ ਜੀ ਹੁਣ ਨਾਂ ਤਰੇ ਗਏ ਨੇ ਪਹਿਲਾਂ ਉਹਨੂੰ ਵਾੜਾ ਕਹਿੰਦੇ ਇਹਨੂੰ ਕੌੜੀ ਕਹਿੰਦੇ ਸੀ ਹਾਂ ਇਦਾਂ ਹੀ ਸੀ ਹਾਂ ਇਹ ਹੁਣ ਹੁਣ ਨਾ ਜਿਵੇਂ ਰਣਜੀਤਗੜ ਬਾਂਦਰਾ ਇਹ ਰਣਜੀਤਗੜ ਬਾਂਦਰਾ ਪਹਿਲਾਂ ਵੀ ਸੀ ਜਿਹੜਾ ਹੀਂਗਣਾ ਉਹਨੂੰ ਹੁਣ ਭਗਵਾਨਪੁਰਾ ਕਹਿੰਦੇ ਉਹਨੂੰ ਹੀਂਗਣਾ ਹੀ ਕਹਿੰਦੇ ਸੀ ਠੀਕ ਹੈ ਹਾਂਜੀ ਇਹ ਇਹ ਸ਼ੋਰਟ ਨਾ ਪਹਿਲਾਂ ਸੀ ਪਹਿਲਾਂ ਸੀ ਜਿਹੜੇ ਜਿਹੜੇ ਪਹਿਲਾਂ ਬਾੜਾ ਹੁੰਦਾ ਸੀ ਕਕੌੜੀ ਹੁੰਦਾ ਹਾਂਜੀ ਹਾਂਜੀ ਉਸ ਤੋਂ ਬਾਅਦ ਕੌੜੀਵਾੜਾ ਬਣ ਗਿਆ ਭੱਲਣਵਾੜਾ ਭੱਲਣਵਾੜਾ ਵੜ ਗਿਆ ਜਿਹੜਾ ਹੀਂਗਣਾ ਜੀ ਨੂੰ ਆਪਾਂ ਕਹਿੰਦੇ ਆ ਹੁਣ ਭਗਵਾਨਪੁਰਾ ਕਹਿੰਦੇ ਉਹਨੂੰ ਉਹਨੂੰ ਹੀਂਗਣਾ ਹੀ ਕਹਿੰਦੇ ਸੀ ਕੱਲਾ अच्छा अच्छा हां जी हां ठीक है जे, जे आपा ਗੱਲ ਕਰੀਏ ਤਾਂ ਇਹ ਕਦੋਂ ਦਾ ਜਿਹੜਾ ਪਿੰਡ ਹੈ ਇੱਥੇ ਆ ਮਤਲਬ ਭਾਈਚਾਰਾ ਕਿ ਬਸ ਐਸੀ ਕਿਉਂਕਿ ਮੇਰੇ ਸੁਣਨ ਦੇ ਵਿੱਚ ਇਹ ਆਇਆ ਸੀਗਾ ਵੀ ਜਿਹੜੀ ਇਹ ਜ਼ਮੀਨ ਅਲਾਟ ਹੋਈ ਸੀ ਪਹਿਲਾਂ ਕਿਸੇ ਹੋਰ ਮਤਲਬ ਕਹਿ ਸਕਦੇ ਜਾਤੀ ਨੂੰ ਕਹਿ ਸਕਦੇ ਆ ਜਾਂ ਭਾਈਚਾਰੇ ਨੂੰ ਕਹਿ ਸਕਦੇ ਵੀ ਹੋਈ ਸੀ ਇਦਾਂ ਵੀ ਸੀਗਾ ਕੋਈ ਉਹ ਉਸ ਬਾਰੇ ਮੈਨੂੰ ਥੋੜਾ ਜੀ ਉਸ ਬਾਰੇ ਮੈਨੂੰ ਥੋੜਾ ਜਿਆ ਗਿਆਨ ਹੈ ਹਾਂ ਜੀ ਉਹ ਮੈਨੂੰ ਆ ਮੇਰੇ ਸਾਡੇ ਬਜ਼ੁਰਗਾਂ ਤੋਂ ਪਤਾ ਲੱਗਿਆ ਵੀ ਇਹ ਮੈਂ ਤਾਂ ਖੜਾ ਹਾਂ ਆ ਫੂਸ ਮੰਡੀ ਕੌੜੀ ਤੇ ਵਾੜਾ ਜਿਹਨੂੰ ਅੱਜ ਭੱਲਨਵਾੜਾ ਕਹਿੰਦੇ ਆ ਇਹ ਤਿੰਨੇ ਪਿੰਡ ਜਿਹੜੇ ਇਹ ਅਰੋੜਾ ਖੱਤਰੀ ਬਰਾਦਰੀ ਨੂੰ ਅਲਾਟ ਹੋਏ ਸੀ ਉਹ ਲਾਹੌਰ ਚੋਂ ਆਏ ਸੀ ਇਹ ਲਾਹੌਰ ਚ ਪਾਣੀ ਦੇ ਸਾਧਨ ਬੜੇ ਵਧੀ ਸੀ ਜ਼ਮੀਨਾਂ ਚੰਗੀਆਂ ਸੀ ਇੱਥੇ ਉਹ ਸਾਰਾ ਕੰਮ ਬਰਾਨਾ ਸੀ ਉਹ ਫਿਰ ਲੋਕ ਜਿਹੜੇ ਸੀ ਆਪਦੇ ਕਲੇਮ ਕੋਈ ਵਾਪਸ ਲੈ ਗਿਆ ਕਿਸੇ ਨੇ ਛੱਡ ਤੇ ਕੋਈ ਆਪਦੀ ਜ਼ਮੀਨ ਵੇਚ ਗਿਆ ਥੋੜੇ ਜਿਹੇ ਘਰ ਜਿਹੜੇ ਸੀ ਉਹਨਾਂ ਨੇ ਆ ਕੇ ਦੁਬਾਰੇ ਆਪਦਾ ਵਸੇਬਾ ਕੀਤਾ ਬਾਕੀ ਫੂਸ ਮੰਡੀ ਚੋਂ ਵੀ ਮੇਰੇ ਖਲ ਕੋਈ ਵੀ ਮਾਜਨ ਬਰਦਰੀ ਦਾ ਬੰਦਾ ਨਹੀਂ ਰਿਹਾ ਸਾਰੇ ਕਲੇਮ ਆਪਦੇ ਵਾਪਸ ਲੈ ਗਏ ਭਲਨਵਾੜਾ ਇਹਦਾ ਪਿਓਰ ਪਿੰਡ ਸਾਰਾ ਖੱਤਰੀਆਂ ਦਾ ਸੀ ਅੱਜ ਵੀ ਹੈ ਅੱਜ ਉੱਥੇ ਅੱਜ ਵੀ ਖੱਤਰੀਆਂ ਦੀ ਆਬਾਦੀ ਉੱਥੇ ਵੱਧ ਹੈ ਉਹ ਖੱਤਰੀਆਂ ਨੂੰ ਹੀ ਲਾਟ ਹੋਇਆ ਕੁਝ ਇਹ ਸੁਣਨ ਵਿੱਚ ਆਇਆ ਵੀ ਜਿਹੜੀ ਉਹ ਅਲਾਟਮੈਂਟ ਕਰਨ ਵਾਲੀ ਕਮੇਟੀ ਸੀ ਉਹਨਾਂ ਨੇ ਜਿਹੇ ਜਿਹੇ ਅਸੀਂ ਸਾਡੇ ਬਜ਼ੁਰਗ ਉੱਤਰ ਛੱਡ ਕੇ ਆਏ ਉਹੋ ਜਾਂ ਇਹਨਾਂ ਨੇ ਰਕਬਾ ਪਾਤਾ ਕਿਉਂਕਿ ਭਲਨਵਾੜੇ ਪਿੰਡ ਦੇ ਵਿੱਚ ਜਿਹੜੀ ਬਹੁਤੀ ਆਬਾਦੀ ਹੈ ਉਹ ਪਾਕਿਸਤਾਨ ਵਿੱਚ ਪਿੰਡ ਸੀ ਮਲ ਸਿੰਘ ਵਾਲਾ ਔਰ ਉਹ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਸੀਗਾ ਇਸੇ ਤਰ੍ਹਾਂ ਉਹ ਘੱਗਰ ਦੇ ਸਾਡਾ ਪਿੰਡ ਜਿਹੜਾ ਪਿਛਲਾ ਪਿੰਡ ਸੀ ਉਸੇ ਕੰਗਨਪੁਰ ਜਿਹੜਾ ਲਾਹੌਰ ਤਹਿਸੀਲ ਚੂਨੀਆ ਸੀ ਅੱਜ ਜਿਲ੍ਹਾ ਉੱਥੋਂ ਦਾ ਕਸੂਰ ਹੈ ਤੇ ਉਹ ਸਾਡਾ ਪਿੰਡ ਜਿਹੜਾ ਸੀ ਉਹ ਸਤਲੁਜ ਦਰਿਆ ਤੋਂ 1 ਕਿਲੋਮੀਟਰ ਪਿੱਛੇ ਹਟਵਾ ਸੀ ਹੁਣ ਵੀ ਅਸੀਂ ਕੱਗਰ ਤੋਂ 1 ਕਿਲੋਮੀਟਰ ਪਿੱਛੇ ਹਟ ਕੇ ਸੋ ਇਹ ਵੀ ਉਦੋਂ ਇਸ ਚੀਜ਼ ਦੇ ਨੰਬਰਦਾਰ ਸਾਹਿਬ ਇੱਕ ਚੀਜ਼ ਇੱਥੇ ਹੋਰ ਨਿਕਲ ਕੇ ਆਉਂਦੀ ਹੈ ਜਦੋਂ ਆਪਾਂ ਕਰਨਦੀ ਦੀ ਅਸੀਂ ਪਿੱਛੇ ਜੇ ਇੱਕ ਸਟੋਰੀ ਕਰੀ ਸੀ ਨਾ ਨਹੀਂ ਕ੍ਰੈਡਿਟ ਨਹੀਂ ਸੌਰੀ ਖੈਰਾਕਲਾਂ ਦੀ ਤਾਂ ਖੈਰਾਕਲਾਂ ਦੇ ਬਜ਼ੁਰਗ ਨੇ ਇਹ ਦੱਸਿਆ ਸੀ ਪਹਿਲਾਂ ਜਿਹੜਾ ਘੱਗਰ ਸੀ ਨਾ ਰਤੀਏ ਤੱਕ ਆਉਂਦਾ ਸੀਗਾ ਪਰ ਰਤੀਏ ਤੋਂ ਬਾਅਦ ਉਹਨੂੰ ਮਤਲਬ ਪੱਟ ਕੇ ਲਿਆਂਦਾ ਗਿਆ ਸੀ ਕਹਿੰਦੇ ਸਾਡੇ ਵੀ ਉੱਥੇ ਬਜ਼ੁਰਗਾਂ ਨੇ ਮਿਹਨਤ ਉੱਥੇ ਕੀਤੀ ਸੀ ਮਜ਼ਦੂਰੀ ਕੀਤੀ ਸੀ ਤਾਂ ਪੱਟ ਕੇ ਲਿਆਂਦਾ ਗਿਆ ਸੀ ਬਾਅਦ ਵਿੱਚ ਪਰ ਇਹ ਪਿੰਡ ਤਾਂ ਉਹ ਤੋਂ ਪਹਿਲਾਂ ਦੇ ਵਜੇ ਹੋਏ ਮੈਨੂੰ ਲੱਗਦਾ ਹੈ ਕੀ ਗੱਲ 1900 ਇਹ ਇਸ ਗੱਲ ਦਾ ਮੈਨੂੰ ਜਦੋਂ ਪਤਾ ਲੱਗਿਆ ਮੈਂ ਉਦੋਂ ਮਾਨਸਾ ਕਾਲਜ ਪੜ੍ਹਦਾ ਹੁੰਦਾ ਸੀ ਮਾਨਸਾ ਤੋਂ ਪਾਕਿਸਤਾਨ ਜਥਾ ਗਿਆ ਸੀ ਉੱਥੇ ਉਹਨਾਂ ਨੂੰ ਇੱਕ ਮਾਈ ਮਿਲੀ ਸੀ ਪત્રਕਾਰ ਸੀਓ ਪ੍ਰੀਤਮ ਰੁਪਾਲ ਉਹਦੇ ਦੱਸਣ ਮੁਤਾਬਕ ਹੈ ਵੀ ਉਹ ਕਹਿੰਦੇ ਸਾਨੂੰ ਮਾਈ ਮਿਲੀ ਸੀ ਉਹਦੇ ਪੇਕੇ ਰੋੜੀ ਸੀ ਉਹ ਕਹਿੰਦੀ ਸੀ ਵੀ ਜਿਹੜੀ ਇਹ ਨਾਲੀ ਹੈ ਇਹ ਸਾਡੇ ਬਜ਼ੁਰਗ ਪੱਟ ਕੇ ਲਿਆਏ ਸੀਗੇ ਅਸਲ ਵਿੱਚ ਇਹਦਾ ਅਸਲ ਵਹਿਣ ਜਿਹੜਾ ਸੀ ਉਹ ਸੀ ਰੰਗੋਈ ਰੰਗੋਈ ਫਟਿਆਵਾਸ ਹੈ ਫਟਿਆਵਾ ਜਿਹੜੀ ਰਤੀਏ ਤੋਂ ਕੋਈ 15 18 ਕਿਲੋਮੀਟਰ ਉੱਪਰ ਜਾ ਕੇ ਚਿੰਮੋ ਕੋਲੋਂ ਇਹ ਨਿਕਲਦੀ ਹੈ ਤੇ ਸੰਗਾ ਤੇ ਨਰੀ ਲੜਦੇ ਦਰਮਿਆਨ ਦੀ ਇਹ ਲੰਗਦੀ ਸੀ ਨਾਲੀ ਔਰ ਸਰਸੇ ਜਾ ਕੇ ਇਹ ਅੱਗੇ ਫਿਰ ਰਾਜਸਥਾਨ ਚ ਐਂਟਰ ਕਰ ਜਾਂਦੀ ਸੀ ਉਹਦੇ ਦੱਸਣ ਮੁਤਾਬਕ ਨੂੰ 187 ਵਿੱਚ ਜੋ ਮੈਨੂੰ ਉਦੋਂ ਪਤਾ ਲੱਗਿਆ ਉਹਨਾਂ ਨੇ ਦੱਸਿਆ ਵੀ ਇਹ ਨਾਲੀ ਪੱਟ ਕੇ ਲਿਆਏ ਪਾਣੀ ਦੀ ਬੜੀ ਤੇ ਮਜਬੂਰੀ ਸੀ ਉਹਦੇ ਵਿੱਚੋਂ ਵਹਿਣ ਪੱਟ ਕੇ ਲਿਆ तकरीबन ਹੁਣ ਤੁਸੀਂ ਇਹ ਕਿਸੇ ਪਾਸੇ ਸਿੱਧੀ ਨਹੀਂ ਹੈ ਜਿਹੜੇ ਜਿਹੜੇ ਪਿੰਡ ਵਾਲੋਂ ਲੋੜ ਪਈ ਉਧਰਲੀ ਮੋੜ ਕੇ ਲੈ ਗਏ ਕੋਈ ਮੋੜ ਘੋੜ ਜੇ ਪੈ ਕੇ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਹੁਣ ਜਿਸ ਤਰ੍ਹਾਂ ਸਾਡੇ ਇਲਾਕੇ ਦੇ ਵਿੱਚ ਭਗਵਾਨਪੁਰ ਹਿੰਗਣਾ ਇਧਰਲੇ ਪਾਸੇ ਧਗਾਣਾ ਹੈ ਪਰਲੇ ਪਾਸੇ ਆਲੂਪੁਰ ਹੈ ਪਰਲੇ ਪਾਸੇ ਜਿਹੜਾ ਉਹ ਰਜੀਤਗੜ ਵੰਦਰਾ ਹੈ ਮੀਰਪੁਰ ਹੈ ਫੂਸ ਮੰਡੀ ਹੈ ਇਹਵੇਂ ਦੋ ਦੋਹਾਂ ਪਿੰਡ ਦੇ ਵਿਚਾਲੇ ਦੀ ਪੱਟ ਕੇ ਲੋਕ ਲੈ ਆ ਸੁਣਨ ਵਿੱਚ ਆਇਆ ਵੀ ਇਹ ਪੱਟ ਕੇ ਲੈਂਦੀ ਗਈ ਹੈ ਤਾਂ ਤਾਂ ਹੀ ਪਾਣੀ ਦੀ ਜਰੂਰਤ ਸੀ ਤਾਂ ਹੀ ਨੂੰ ਨਾਲੀ ਕਹਿੰਦੇ ਅਸਲ ਨਾਂ ਇਹਦਾ ਕੱਗਰ ਹੈ ਹੂੰ 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 ਬਿਲਕੁਲ ਇਹਨੂੰ ਤਾਂ ਹੀ ਕਹਿੰਦੇ ਨਾਲੀ ਪੱਟ ਕੇ ਲੈ ਪਾਣੀ ਦੀ ਸਹੂਲਤ ਵਾਸਤੇ ਪੀਣ ਵਾਲੇ ਪਾਣੀ ਦੀ ਹੌਲੀ ਹੌਲੀ ਕਰਕੇ ਫਿਰ ਇਹ ਚ ਜਿਹੜਾ ਉਹ ਵਹਿਣ ਜਿਹੜਾ ਸੀ ਰੰਗੋਈ ਵਾਲਾ ਵਹਿਣ ਉਹ ਬੰਦ ਹੋ ਗਿਆ ਅਲਾਟਮੈਂਟ ਹੋ ਗਈਆਂ ਜ਼ਮੀਨਾਂ ਜ਼ਮੂਨਾ ਅਕਵਾਇਰ ਹੋ ਗਈਆਂ ਤੇ ਹੁਣ ਵੀ ਪਿੱਛੇ ਜੇ ਬੱਸ ਗਸਾਲ ਹੋ ਗਏ ਸ਼ਾਇਦ ਵਾਦੀ ਹੋ ਗਏ ਹੁਣ ਵੀ ਹਰਿਆਣਾ ਸਰਕਾਰ ਨੇ ਉਹ ਜਗ੍ਹਾ ਨੂੰ ਮਾਰਕ ਕਰਕੇ ਤੇ ਉਹਦੀ ਖਾਦਾ ਪੱਟ ਕੇ ਲੈ ਗਿਓ ਨਾਲੀ ਦੇ ਵਿੱਚੋਂ ਪਾਣੀ ਉਹਦਾ ਲੋਕਾਂ ਨੂੰ ਆਪਾਸ਼ੀ ਵਾਸਤੇ ਫਸਲਾ ਵਾਸਤੇ ਲੋਕ ਵਰਤ ਲੈਂਦੇ ਠੀਕ ਹੈ ਜਿਵੇਂ ਪਤਾ ਇਹਨਾਂ ਨੂੰ ਪਤਾ ਲੱਗ ਗਿਆ ਹਾਂਜੀ ਹਾਂਜੀ ਨਿਸ਼ਾਨੀ ਹੈ ਨਾ ਵੇਲ ਦਾ ਪੁਲ ਜਿਹੜਾ ਸੱਸਿਆ ਹੈ ਉਹ ਪੁਰਾਣੇ ਪੁਲ ਨੇ ਅੰਗਰੇਜ਼ਾਂ ਦੇ ਬਾਰੇ ਦੇ ਇਸ ਉਸੇ ਪਾਣੀ ਦੇ ਉਸੇ ਪਾਣੀ ਦੇ ਉਸੇ ਪਾਣੀ ਦੇ ਪੁਲ ਹਾਜੇ ਵੀ ਹੈਗੇ ਨੇ ਹੂੰ ਮਨ ਲਓ ਜਿਹੜਾ ਫਾਟਕ ਆਪਾਂ ਇੱਧਰ ਦਾ ਟੱਪ ਦੇ ਹਸਾਰ ਵਾਲਾ ਇੱਧਰ ਥੋੜਾ ਜਿਹਾ ਗਾਂ ਹਨੇ ਦੋ ਪੁੱਲ ਨੇ ਹਾਂ ਠੀਕ ਹਾਂਜੀ ਉਹ ਨਾਲੀ ਦੀ ਨਿਸ਼ਾਨੀ ਹੈ ਉਹ ਨਾਲੀ ਦੀ ਨਿਸ਼ਾਨੀ ਹੈ ਜਿਹੜੀਆਂ ਨਾ ਗੱਲਾਂ ਆਪਾਂ ਸੁਣਦੇ ਆ ਜਿਹੜੀਆਂ ਆਪਾਂ YouTube ਤੇ ਦੇਖਦੇ ਆ ਇਹ ਇਲਾਕੇ ਦੀਆਂ ਵੀਡੀਓਜ਼ ਹਾਂਜੀ ਕੁਝ YouTuber ਕਰਦੇ ਆ ਉਹ ਜਦੋਂ ਕਹਿੰਦੇ ਵੀ 47 ਦੀ ਵੰਡ ਹੋਈ ਹੈ ਤੇ ਲੋਕ ਇੱਥੋਂ ਹਿਜਰਤ ਕਰਕੇ ਗਏ ਉਦੋਂ ਨਾਲੀ 'ਚ ਫਲੱਡ ਬਹੁਤ ਆਇਆ ਹੋਇਆ ਸੀ ਔਰ ਇਸ ਏਰੀਆ ਵਿੱਚ ਪਾਣੀ ਉਦੋਂ ਬਹੁਤ ਜ਼ਿਆਦਾ ਪਾਣੀ ਸੀ ਲੋਕ ਪਾਣੀ ਵੀ ਦੀ ਲੰਘ ਕੇ ਗਏ ਸੀਗੇ ਇੱਥੋਂ ਤੱਕ ਵੀ ਦੱਸਦੇ ਵੀ ਰੇਲਵੇ ਲਾਈਨ ਦੇ ਉੱਤੋਂ ਦੀ ਪਾਣੀ ਲੰਘਦਾ ਸੀ ਯਾਨੀ ਫਲਾਡ ਇਹ ਨਾ ਆਈ ਸੀ ਕਿ ਇੱਥੋਂ ਪਤਾ ਲੱਗਦਾ ਵੀ ਨਾਲੀ ਦਾ ਵਹਿਣ ਜਿਹੜਾ ਹੈ ਵੀ ਹੌਣ ਵਾਲੀ ਦੀ ਬਜਾਏ ਉਹ ਉਦੋਂ ਵੀ ਉਨਾ ਹੀ ਸੀ ਹੈ ਦੱਖਣ ਸਾਈਡ ਤੇ ਵੀ ਉਨਾ ਹੀ ਸੀ ਉਹ ਨਹੀਂ ਸੀ ਸੁਣਣ ਵਿੱਚ ਆਇਆ ਅਸਲੀਅਤ ਨਹੀਂ ਪਤਾ ਇਸ ਬਾਰੇ ਹੈ ਬੀਰ ਕੋ 1947 ਦੀ ਤੁਹਾਨੂੰ ਕੋਈ ਹੈਗੀ ਹੈ ਸੁਰਤ ਉਦੋਂ ਕਿ ਉਦੋਂ ਬਾਅਦ ਹੀ ਜਨਮ ਨਹੀਂ ਜਨਮ ਤਾਂ ਹੈਗਾ ਮੇਰਾ ਪਹਿਲਾਂ ਦਾ ਪਰ ਮੈਨੂੰ ਸੁਰਤ ਨਹੀਂ ਹੈ ਇਹ ਮੈਂ ਦੇਖੋ ਨਾ ਤਦੇ ਖਸਾਬ ਬੀਰ ਕੋ ਦੱਸਦੇ ਹੁਣ ਕਿ ਉਦੋਂ ਕਹੇ ਜੇ ਹਾਲਾਤ ਹੁੰਦੇ ਸੀਗੇ ਹਾਲਾਤਾਂ ਐਸੀ ਵੀ ਇੱਥੇ ਬਿਆਹਵਾਨ ਜਾੜੀ ਸੀ ਤੇ ਜਿਵੇਂ ਅਪ ਡਿੰਗ ਮੰਡੀ ਨੂੰ ਜਾਂਦੇ ਸੀ ਇੱਥੇ ਸੋਤਰ ਹੁੰਦੀ ਬੀੜ ਹੁੰਦੇ ਸੀ ਕੁਛ ਨਹੀਂ ਸੀ ਹੁੰਦਾ ਦਾਣਾ ਫੱਕਾ ਨਹੀਂ ਸੀ ਹੁੰਦਾ ਜਿਹੜੇ ਟਿੱਬਿਆਂ ਦੇ ਖੇਤ ਸੀ ਜਿਵੇਂ ਖੈਰਾ ਹੋਇਆ ਜਿਹੜੇ ਰੇਤਰੀਆਂ ਜ਼ਮੀਨਾਂ ਨੇ ਇੰਨਾ ਹੀ ਦਾਣਾ ਫੱਕਾ ਹੁੰਦਾ ਸੀ ਬਾਕੀ ਕਿਤੇ ਨਹੀਂ ਸੀ ਹੁੰਦਾ ਆ ਕੌੜੀ ਪਿੰਨ ਵੀ ਟਿੱਬਿਆਂ ਹੀ ਹੁੰਦੇ ਸੀ ਇਹ ਟਿੱਬੇ ਟਿੱਬਿਆਂ 'ਚ ਦਾਣਾ ਫੱਕਾ ਹੁੰਦਾ ਸੀ ਤੇ ਇੱਧਰ ਨਾਲੀ ਦੇ ਕੰਡੇ ਤੇ ਬਾਕੀ ਸੰਘਾ ਟਾਪ ਕੇ ਕੁਝ ਨਹੀਂ ਸੀ ਹੁੰਦਾ ਤੇ ਇਹ ਬਿਰ ਪਕੌੜੀ ਬਿੰਦ ਦੇ ਵਿੱਚ ਜਦੋਂ ਖੇਤੀ ਸ਼ੁਰੂ ਹੋਈ ਸੀ ਉਦੋਂ ਕਿਵੇਂ ਸ਼ੁਰੂ ਹੋਈ ਕਹਿੰਤੀ ਖੇਤੀ ਪਹਿਲਾਂ ਕੀ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਪਾਣੀ ਦਾ ਸਾਧਨ ਕੀ ਸੀਗਾ ਉੱਥੇ ਗੁਵਾਰਾ ਬਾਜਰਾ ਮੂੰਗੀ ਬਰਾਨੇ ਹੁੰਦੇ ਸੀ ਜੀ ਹਾਂਜੀ ਬਸ ਰੱਬ ਦੇ ਆਸਰੇ ਹੁੰਦਾ ਸੀ ਜੀ ਮੈਗ ਤਾਂ ਹੋ ਗਿਆ ਬਸ ਨਹੀਂ ਇਹ ਤਾਂ ਸਿਰ ਬਾਗ ਵਿੱਚ ਨਾ ਇਹ 55 ਜੇ ਨਹਿਰ ਆਈ ਹੈ ਜੀ ਇੱਥੇ ਹਾਂਜੀ ਮੰਨ ਲਓ ਪਾਖੜਾ 55 ਜਾਈ ਹੈ ਉਦੋਂ ਬਾਅਦ ਤੱਕ ਸਾਧੂ ਵਾਲੇ ਖੂਹ ਹੁੰਦੇ ਸੀ ਉਹਦਾ ਖੂਹਾਂ ਨਾਲ ਖੇਤੀ ਕਰ ਲੈਂਦੇ ਸੀ ਤੇ ਇੱਥੇ ਸਾਡੇ ਦੋ ਖੂਸੀ ਇਹਨਾਂ ਦੇ ਵੀ ਥੋੜੀ ਥੋੜੀ ਕਰਦੇ ਸੀ ਬਾਕੀ ਰੱਬ ਆਸਰੇ ਸਭ ਦਾ ਹਾਂਜੀ ਹਾਂ ਠੀਕ ਹੈ ਤੇ ਹੋਰ ਪਿੰਡ ਵਾਲੇ ਦੂਸੋਂ ਨੂੰ ਕੀ ਜਾਣਕਾਰੀ ਹੈਗੀ ਕੁਝ ਦੱਸ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਸ਼ੇਅਰ ਕਰ ਸਕਦੇ ਹੋ ਤੁਸੀਂ ਨਹੀਂ ਕੋਈ ਜਾਣਕਾਰੀ ਨਹੀਂ ਮੈਂ ਖੱਤੀ ਗੱਲ ਕਹਿੰਦੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹਾਂ ਠੀਕ ਹੈ ਤੇ ਇੱਥੇ ਤੁਹਾਨੂੰ ਇਹਨਾਂ ਦਾ ਪਤਾ ਹੋਊਗਾ ਵੀ ਜਦੋਂ ਤੁਸੀਂ ਇੱਥੇ ਹੁੰਦੇ ਸੀ ਛੋਟੇ ਹੁੰਦੇ ਸੀ ਤਾਂ ਕਿਹੜੇ-ਕਿਹੜੇ ਘਰ ਆ ਕੇ ਜਿਹੜੇ ਪਹਿਲਾਂ ਬਸੇ ਸੀਗੇ ਆਪਣੇ ਇੱਥੇ 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 ਆਇਆ ਸੀ ਜੀ ਪਹਿਲਾਂ ਰਾ ਸਿਖਾਏ ਸੀ ਤਿੰਨ ਘਰ ਦੋ ਭਾਈ ਸੀ ਇੱਕ ਦਾ ਨਾਮ ਸੀ ਸ਼ੰਕਰ ਇੱਕ ਦਾ ਨਾਮ ਸੀ ਸੁੰਦਰ ਫਿਰ ਹਿਕ ਨੂੰ ਆਪਣ ਨੂੰ ਗਿਆ ਸੀ ਭਾਗ ਸਿੰਘ ਤਿੰਨ ਘਰ ਰਾ ਸਿੱਖਾਂ ਦੇ ਆਏ ਸੀ ਅੱਛਾ ਫਿਰ ਉਹਦੇ ਉਹ ਸੈਂਕਰ ਦੇ ਭਤੀਜੇ ਸੀ ਦੋ ਉਹਨਾਂ ਦਾ ਆਪਸੀ ਝਗੜਾ ਹੋ ਗਿਆ ਉਹ ਮਨ ਲੈ ਚਲੇ ਗਏ ਕੁਝ ਦਿਨ ਹੋ ਰਹੇ ਇੱਥੇ ਉਹ ਵੀਜੀ ਬੁਜੀ ਜਾਂਦੇ ਆ ਕੱਚੀ ਲਾਟ ਪੱਕੀ ਲਾਟ ਮਨ ਲੈ ਕੋਈ ਕੋਣ ਪੁੱਛਦਾ ਸੀ ਅੰਨੀ ਖਾਂਦੀ ਸੀ ਕੁੱਤੇ ਪੀਣ ਵਾਲੀ ਗੱਲ ਸੀ ਜਿੱਥੇ ਮੋੜੇ ਘੱਟ ਤੇ ਕਿਸੇ ਨੇ ਕਿਤੇ ਘੱਟ ਤੇ ਕਿਸੇ ਨੇ ਕਿਤੇ ਘੱਟ ਤੇ ਉਹ ਫਿਰ ਬਾਅਦ ਤੇ ਚਲੇ ਗਏ ਬਾਅਦ ਤੇ ਫਿਰ ਇੱਥੇ ਆਏ ਨੇ ਕਰਮ ਸਿੰਘ ਤੇ ਨੰਬਰ ਦਾ ਡੋਕਰ ਸਿੰਘ ਉਦੋਂ ਬਾਅਦ ਕੁੰਨਲ ਸਿੰਘ ਆ ਗਿਆ ਜੀ ਉਦੋਂ ਬਾਅਦ ਫਿਰ ਤਾਬਾ ਸਿੰਘ ਆ ਗਿਆ ਮੰਨ ਲਓ ਇਹ ਪਰਿਵਾਰ ਆਏ ਨੇ ਸਾਡੀ ਦਾ ਸਮਾਲਾ ਦੇ ਵਿੱਚ ਹੋਰ ਹਾਂਜੀ ਹਾਂ ਇਹ ਨਹਿਰਾ ਜਿਹੜੀਆਂ ਆ ਨਹਿਰ ਆਈ ਹੈ ਉਹ ਇਹਨਾਂ ਦੇ ਆਏ ਤੋਂ ਆਈ ਹੈ ਠੀਕ ਹੈ ਠੀਕ ਹਾਂਜੀ ਹਾਂ ਹਾਂਜੀ ਇਹ ਸਾਨੂੰ ਜੋ ਮੇਰੇ ਬਜ਼ੁਰਗਾਂ ਤੋਂ ਪਤਾ ਲੱਗਿਆ ਵੀ ਅਲਾਟਮੈਂਟ ਸਾਡੀਆਂ ਕੱਚੀ ਅਲਾਟਮੈਂਟ ਸਾਡੀ ਫਲੋਜੀਪੁਰ ਜ਼ਿਲ੍ਹੇ ਚ ਸੀ ਮੈਂ ਤੁਹਾਨੂੰ ਦੱਸਦਾ ਮੈਂ ਕਰ ਦੇ ਕਮੈਂਟ ਕਿਹ ਕਿਹੜਾ ਪਿੰਡ ਸੀਗਾ ਉੱਥੇ ਕੱਚੀ ਅਲਾਟਮੈਂਟ ਸੀ ਫਿਰ ਜੋ ਪੱਕੀ ਅਲਾਟਮੈਂਟ ਇੱਥੇ ਹੋਈ ਫੇ ਸਾਡਾ ਬਾਬਾ}{|\text{ਦਿਆਲ ਸਿੰਘ ਉਹਦਾ ਨਾਂ ਸੀ ਉਹ ਇੱਥੇ ਆਏ ਤੇ ਦੋ ਖੂਹ ਸੀ ਇੱਥੇ ਜਿੱਤੋਂ ਬਾਅਦ ਵਿੱਚ ਪੀਣ ਵਾਲਾ ਪਾਣੀ ਵੀ ਭਰਿਆ ਜਾਂਦਾ ਰਹਤ ਸੀ ਅਸੀਂ ਉਹਦੇ ਨਾਲ ਖੇਤੀ ਵੀ ਕਰਦੇ ਰਹੇ ਉਹ ਦੋਨੇ ਖੂਹ ਹੀ ਸਾਡੇ ਬਜ਼ੁਰਗਾਂ ਨੂੰ ਲਾਟ ਹੋਏ ਸੀ ਉਸ ਤੋਂ ਇਲਾਵਾ ਪਿੰਡ ਵਿੱਚ ਇੱਕ ਖੂਹ ਸੀ ਉਹਦਾ ਪਾਣੀ ਖਾਰਾ ਸੀ ਲੋਕ ਘਰ-ਵਰ ਤੋਂ ਵਾਸਤੇ ਉਹ ਪਾਣੀ ਵਰਤ ਲੈਂਦੇ ਸੀ ਪੀਣ ਵਾਸਤੇ ਪਾਣੀ ਜਿਹੜਾ ਉਹ ਉਹਨਾਂ ਖੂਹਾਂ ਤੋਂ ਲਿਆ ਲੈਂਦਾ ਜਾਂਦਾ ਸੀ ਬਾਅਦ ਵਿੱਚ ਪਾਣੀ ਭਰਨ ਵਾਲੇ ਮੇਰੀ ਸਿੰਘ ਇਥੇ ਆ ਗਈ ਤੇ ਫਿਰ ਉਹਨਾਂ ਨੇ ਪਿੰਡ ਦਾ ਪਾਣੀ ਭਰਨਾ ਸ਼ੁਰੂ ਕਰਤਾ ਪਹਿਲਾਂ ਲੋਕ ਆਪਣਾ ਆਪਣਾ ਪਾਣੀ ਲਿਉਂਦੇ ਸੀ ਸਨ 52 ਦੇ ਜੂਨ ਮਹੀਨੇ ਚ ਸਾਡੇ ਬਾਬੇ ਦੀ ਮੌਤ ਹੋ ਗਈ ਉਹਦਾ ਕਾਰਨ ਇਹ ਦੱਸਿਆ ਜਾਂਦਾ ਵੀ ਉਧਰੋਂ ਉੱਜੜ ਕੇ ਆਏ ਤੇ ਇੱਥੇ ਬਰਾਨਾ ਸੀ ਉੱਥੇ ਸਾਡੇ ਜਿਹੜੇ ਸੀਗੇ ਖੂਹ ਵੀ ਸੀ ਤੇ ਨਹਿਰ ਦਾ ਆਪ ਦਾ ਪਰਸਨਲ ਮੋਗਾ ਸੀ ਸਾਡਾ ਪਰਿਵਾਰ ਜਿਹੜਾ ਉਹ ਜੈਲਦਾਰ ਪਰਿਵਾਰ ਸੀ ਇਹਨਾਂ ਦਾ ਆਪ ਦਾ ਮੋਗਾ ਸੀ ਪਰ ਉਹ ਇੱਥੇ ਆ ਕੇ ਜਦੋਂ ਉਜਾੜ ਵੇਖਿਆ ਤੇ ਦਿਲ ਛੱਡ ਗਿਆ 16 ਜੂਨ 1952 ਨੂੰ ਉਹਨਾਂ ਦੀ ਡੈਥ ਹੋ ਗਈ ਫੇ ਸਾਡਾ ਪਰਿਵਾਰ ਆ ਤਾਂ ਇੱਥੇ ਗਿਆ ਸੀ ਪਹਿਲਾਂ ਪਰ ਇਥੋਂ ਕੋਈ ਸਮਝ ਨਹੀਂ ਮੁੜ ਕੇ ਸਰਦੂਲਗੜ ਚਲੇ ਗਏ ਸਰਦੂਲਗੜ ਤੋਂ ਫੇਰ 2-4 ਸਾਲ ਉੱਥੇ ਰਹਿ ਕੇ ਜਦੋਂ ਇੱਥੇ ਪਤਾ ਲੱਗਿਆ ਵੀ ਨਹਿਰ ਆਊਗੀ ਪਾਣੀ ਪੂਣੀ ਦਾ ਪ੍ਰਬੰਧ ਹੋ ਜਾਊਗਾ ਫੇਰ ਹੌਲੀ ਹੌਲੀ ਆ ਕੇ ਖੇਤ ਸੰਭਾਲੇ ਦੀ ਹੌਲੀ ਹੌਲੀ ਫਿਰ ਜਦੋਂ ਨਹਿਰ ਆ ਗਈ ਨਹਿਰ ਵੀ ਇਹ ਪਤਾ ਲੱਗਦਾ ਬਜ਼ੁਰਗਾਂ ਤੋਂ ਵੀ ਨਹਿਰ ਵੀ ਲੋਕ ਆਪ ਹੀ ਪਟਕੇ ਲਿਆਏ ਸੀ ਠੀਕ ਇਹ ਨਹਿਰ ਜਿਹੜੀ ਹੈ ਇਹ ਭਾਖੜਾ ਚੋਂ ਮਿਲੀ ਪਹਿਲਾਂ ਜਿਹੜਾ ਪਾਣੀ ਸੀਗਾ ਇਸ ਏਰੀਏ ਨੂੰ ਇਸ ਪਿੰਡ ਨੂੰ ਨਹੀਂ ਇਸ ਏਰੀਏ ਨੂੰ ਪਾਣੀ ਜਿਹੜਾ ਉਹ ਸਰੰਦਕ ਨਾਲ ਦਾ ਲੱਗਦਾ ਸੀ ਤੇ ਉਹ ਸੀ 올ਟ ਡੰਡਾਲ ਹੁਣ ਜਿਹੜਾ ਪਾਣੀ ਉਹ ਨਿਊ ਟੰਡਾਲ ਦੇ ਨਾਮ ਤੇ ਫਤਿਹਪੁਰ ਤੋਂ ਜਿਹੜਾ ਪਾਣੀ ਸਾਨੂੰ ਹੁਣ ਉਹ ਮਿਲਦਾ ਕੁਝ ਸਮਾਂ ਸਾਨੂੰ ਜਿਹੜਾ ਪਾਣੀ ਹੈ ਉਹ ਹਰਿਆਣੇ ਦੇ ਸਰਚੈਂਟ ਡਿਸਟਰੀਬਿਊਟਰ ਤੋਂ ਵੀ ਮਿਲਦਾ ਰਿਹਾ ਠੀਕ ਹੈ ਹਾਂਜੀ ਇਹ ਇਹ ਸੀਗਾ ਸਾਰਾ ਹਾਂ 1988 ਦੇ ਵਿੱਚ ਪਾਣੀ ਜਿਹੜਾ ਸਾਨੂੰ ਪੱਕੇ ਤੌਰ ਤੇ ਪਾਖੜਾ ਨੇ ਦਾ ਫਤਿਹਪੁਰ ਹੈਡ ਤੋਂ ਸਾਨੂੰ ਮਿਲਣਾ ਸ਼ੁਰੂ ਹੋਇਆ ਬਿਲਕੁਲ ਚਲੋ ਇਹ ਤਾਂ ਹੋ ਗਈਆਂ ਸਾਰੀਆਂ ਪਿੰਡ ਦੇ ਇਤਿਹਾਸ ਦੀਆਂ ਗੱਲਾਂ ਪਿੰਡ ਦੀਆਂ ਗੱਲਾਂ ਕਿ ਕਿਵੇਂ ਵਸਿਆ ਕਿਵੇਂ ਇੱਥੇ ਖੇਤ ਹੈ ਜਿਹੜੇ ਆਬਾਦ ਹੋਏ ਕਿਵੇਂ ਨਹਿਰੀ ਪਾਣੀ ਲੱਗਣਾ ਸ਼ੁਰੂ ਹੋਇਆ ਕਿਵੇਂ ਖੂਹਾਂ ਨਾਲ ਖੇਤੀ ਕੀਤੀ ਗਈ ਇਹਨਾਂ ਦੇ ਵਿਚਾਰ ਚਰਚਾ ਦੇ ਹੁਣ ਆਪਾਂ ਕਰਦੇ ਆ ਪਿੰਡ ਦੇ ਮੁੱਦਿਆਂ ਤੇ ਵਿਚਾਰ ਚਰਚਾ ਪਿੰਡ ਦੇ ਵਿਕਾਸ ਤੇ ਵਿਚਾਰ ਚਰਚਾ ਹਾਂਜੀ ਆਪਾਂ ਮਿਲਦੇ ਆ ਕੀ ਨਾਮ ਹੈ ਜੀ ਮੇਰਾ ਨਾਮ ਗਰਵਾਜਨ ਸਿੰਘ ਸਰਪੰਚ ਐਕ ਸਰਪੰਚ ਕੌੜੀ ਧੜਾ ਐ ਸਰਪੰਚ ਸਾਹਿਬ ਹੁਣ ਆਪਾਂ ਜੀ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤੁਸੀਂ ਵੀ ਸਰਪੰਚ ਰਹੇ ਚੁੱਕੇ ਹੋ ਹਨਾ ਤੇ ਹੁਣ ਮੌਜੂਦਾ ਸਰਪੰਚ ਵੀ ਹੈਗੇ ਸੀ ਤੇ ਤਕਰੀਬਨ ਕਾਰਜਕਾਲ ਪੂਰਾ ਹੋਣ ਨੂੰ ਕੁਛ ਦਿਨ ਬਾਕੀ ਹੈ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਕਾਰਜਕਾਲ ਸਰਪੰਚ ਦਾ ਕਿਵੇਂ ਰਿਹਾ ਵਿਕਾਸ ਕਾਰਜ ਜਿਹੜੇ ਕਿਵੇਂ ਦੇ ਰਹੇ ਠੀਕ ਰਿਹਾ ਹਾਂਜੀ ਹਾਂਜੀ ਵਿਕਾਸ ਵਧੀਆ ਰਿਹਾ ਚਲੋ ਬਾਕੀ ਗੱਲੇ ਵੀ ਜਿਹੜੀ ਅਸੀਂ ਪਿੰਡ ਦੇ ਦੁਵਾਲਦਾਰੇ ਜਿੰਨੀਆਂ ਜ਼ਮੀਨਾਂ ਦਾ ਸਾਨੂੰ ਪਤਾ ਵੀ ਅਸੀਂ ਇਹ ਸੁਹਾਗਾ ਦੇ ਵਨ ਕੇ ਨਾ ਖੱਡਿਆ ਮਾਰ ਮਾਰ ਕੇ ਮਿੱਟੀ ਪਟਫਾਟ ਕੇ ਟਰੈਕਟਰਾਂ ਨਾਲ ਭਰ ਭਰ ਕੇ ਟਰੇਲੀਆਂ ਇਹ ਖੇਤ ਬਣਾਏ ਨੇ ਅੱਛਾ ਅੱਛਾ ਪਹਿਲਾਂ ਬਹੁਤ ਸਾਰਾ ਪਿੰਡ ਕੋੜੀ ਵਾਲੇ ਦਲਦਲੇ ਸਾਰੇ ਟੱਬਾ ਹੀ ਟੱਬਾ ਸੀ ਟੱਬਾ ਹੀ ਸੀਗਾ ਸਾਰਾ ਹਾਂਜੀ ਹੁਣ ਉਹ ਤੋਂ ਬਾਅਦ ਮੋਟਰਾਂ ਆ ਗਈਆਂ ਹੂੰ ਪਾਣੀ ਚੰਗੇ ਲੱਗਣ ਲੱਗ ਗਏ ਖੇਤੀ ਚੰਗੀ ਹੋਣ ਲੱਗ ਪਈ ਵਧੀਆ ਸੜੀਆਂ ਪਿੰਡ ਇੱਥੇ ਲਾਈ ਝਗੜਾ ਨਹੀਂ ਕੋਈ ਦੋ ਕੁੱਤੇ ਲੜਦੇ ਸਾਨੂੰ ਛਡਾਉਣ ਨੂੰ ਛੋਟੀ ਨਹੀਂ ਮਿਲਦੀ ਇੰਨਾ ਲੋਕਾਂ ਦਾ ਭਰਾਵਾਂ ਦਾ ਆਸੇ ਪ੍ਰੇਮ ਹੈ ਜੀ ਚੰਗੀ ਗੱਲ ਹੈ ਪਿੰਡ ਦੇ ਵਿੱਚ ਤਵਾ ਕਹੇਗਾ ਦੋਤ ਵਧੀਆ ਪ੍ਰੇਮ ਹੈ ਜੀ ਹਾਂ ਹਾਂ ਬਿਲਕੁਲ ਬ ਕਿ ਕਿਹਨੇ ਕੋਈ ਗੁੱਸਾ ਗਲਾ ਰੱਖਣਾ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਬਹੁਤ ਵਧੀਆ ਬਹੁਤ ਘੱਟ ਪਿੰਡ ਹੈ ਜਿਹੜੇ ਇਦਾਂ ਦੇ ਪਿਆਰ ਸਤਿਕਾਰ ਵਾਲੇ ਪਿੰਡ ਹੈ ਜਿਹੜੇ ਮਿਲਦੇ ਆ ਹੈਗੇ ਆ ਤੇ ਹੁਣ ਆਪਾਂ ਇੱਕ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੇ ਪਿਤਾ ਜੀ ਉਹ ਵੀ ਇੱਥੇ ਮੌਜੂਦ ਨੇ ਕੀ ਨਾਮ ਹੈ ਜੀ ਮੇਰਾ ਨਾਮ ਬੂਟਾ ਸਿੰਘ ਹੈ ਜੀ ਆ ਸੋਡਾ ਪੁੱਤ ਹੈ ਜਿਹੜਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਹੈ ਤਾਂ ਇੰਨਾ ਗਰਾਊਂਡਾਂ ਦੇ ਵਿੱਚ ਹੈ ਜੀ ਹਾਂ ਬੇਟੀ ਕਹਿ ਰਹੇ ਹਾਂ ਪੁੱਤੀ ਕਹਿ ਰਹੇ ਮੈਂ ਹਾਂ ਪੁੱਤੀ ਕਹਿ ਮੈਂ ਤੁਹਾਡਾ ਪੁੱਤਰ ਹਾਂ ਤੇ ਇਹਨਾਂ ਗਰਾਊਂਡਾਂ ਦੇ ਵਿੱਚੋਂ ਹੀ ਖੇਡ ਕੇ ਉਹ ਜਿਹੜੇ ਇੰਟਰਨੈਸ਼ਨਲ ਤੱਕ ਪਹੁੰਚੇ ਤੇ ਹੁਣ ਕੀ ਗਰਾਊਂਡਾਂ ਦੀ ਕੋਈ ਸਹੂਲਤ ਜਾਂ ਹੋਰ ਸਾਡੇ ਮਾਧਵੀ ਰਾਹੀਂ ਸਰਕਾਰ ਤੋਂ ਮੰਗਣਾ ਚਾਹੁੰਦੇ ਹੋ ਹਾਂਜੀ ਗਰਾਊਂਡ ਹੈਗਾ ਇੱਥੇ ਜੀ ਤੇ ਉਹ ਪਹਿਲੋਂ ਹੀ ਖੇਡਦਾ ਰਿਹਾ ਬਾਜੜ ਦਾ ਕੱਲ ਬਠੇੜਿਆ ਰਿਹਾ ਸੀ 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 ਪੰਜ ਸਾਲ ਉੱਥੇ ਖੇਡ ਰਹੇ ਨੇ ਫਿਰ ਪਾਸੇ ਖੜੇ ਰਹਿਣ ਵਾਲਾ ਜੀ ਉਹ ਪਿੰਡਾਂ ਦੇ ਪਿੰਡਾਂ ਦੇ ਵਿੱਚ ਕਿਨ ਛੇ ਰਿ ਸੂਰੇ ਪਾਸੇ ਖੜੇ ਰਹਿ ਰਹੇ ਨੇ ਯਾਨਕਿ ਮੜੀ ਮੁੱਢੀ ਪ੍ਰੈਸ ਕਰਦੇ ਆ ਹਾਂ ਇੱਥੇ ਪ੍ਰੈਸ ਮਾਰ ਮੋੜ ਕਰਦੇ ਰਹੇ ਨੇ ਉਦੋਂ ਇੱਥੇ ਹੋਣੀ ਬਸ ਹਾਂ ਪਹਿਲੇ ਗਰਾਉਣੀ ਕੋ ਨਹੀਂ ਕਰੀਏ ਸੀ ਜੀ ਹਾਂ ਹੋਣੀ ਲਗਰਾਉਂਦੇ ਆ ਠੀਕ ਹੈ ਇਹ ਪਿੰਡ ਚ ਹੋਰ ਮੁੰਡਾ ਹੋਇਆ ਨਹੀਂ ਤੇ ਯਾਰ ਉਹ ਇਕੱਲੇ ਨਹੀਂ ਫਿਰ ਬਸ ਤੇ ਨਹੀਂ ਬੋਰ ਸਿੰਘ ਨੂੰ ਮੈਂ ਜਿੱਥੋਂ ਤੱਕ ਜਾਣਦਾ ਸੁਭਾਅ ਦੇ ਬਹੁਤ ਚੰਗੇ ਨੇ ਬਹੁਤ ਇਮਾਨਦਾਰ ਨੇਕ ਦਿਲ ਬੰਦੇ ਨੇ ਤੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਵੀ ਪਿੰਡ ਦੇ ਵਿੱਚ ਕੋਈ ਹੋਰ ਮੁੰਡਾ ਖਿਡਿਆਰੀ ਪੈਦਾ ਹੋ ਸਕੇ ਨਹੀਂ ਹੋਏ ਨਹੀਂ ਤਿਆਰ ਜੀ ਕਰਦੇ ਰਹੇ ਬਥੇਰੀ ਪਰ ਹੋਏ ਨਹੀਂ ਤਿਆਰ ਮੁੰਡੇ ਹਾਂ ਕਿ ਬਹੁਤ ਕੋਸ਼ਿਸ਼ ਕੀਤੀ ਆ ਦੋ ਤਿੰਨ ਹੋਗੇ ਹੀ ਮੁੰਡੇ ਬਾਰੇ ਤਿਆਰ ਨਹੀਂ ਹੋਏ ਇੱਕ ਹਮਮਰੀਖ ਸੋਦਾ ਸੀ ਤੇ ਦੋ ਤਿੰਨ ਹੋਰ ਸੀ ਪਰ ਤਿਆਰ ਨਹੀਂ ਹੋਏ ਅੱਛਾ ਅੱਛਾ ਇਹ ਇਹ ਮੈਨੂੰ ਇਹ ਲੱਗਦਾ ਵੀ ਗਰਾਊਂਡ ਦੀ ਵੀ ਕਿਤੇ ਬਿਰਗੋ ਘਾਟ ਹੈਗੀ ਮਤਲਬ ਗਰਾਊਂਡ ਤਾਂ ਹੈਗਾ ਲੇਕਿਨ ਉਦਾਂ ਦੀਆਂ ਸੁੱਖ ਸਹੂਲਤਾਂ ਗਰਾਊਂਡ ਦੇ ਵਿੱਚ ਨਹੀਂ ਹੈਗੀਆਂ ਬਸ ਇੱਕ ਜਗ੍ਹਾ ਛੜਤੀ ਹੈ ਨਾ ਉਹ ਨਹੀਂ ਹੈਗੀਆਂ ਅਭੀ ਹੋ ਨਹੀਂ ਹੋਇਆ ਮਾਰ ਮੋੜ ਜਾ ਪਹਿਲਾਂ ਕੋਈ ਨਹੀਂ ਗਰਾਊਂਡ ਨੂੰ ਦਰਜ ਹਾਂ ਹਾਂ ਪਹਿਲੇ ਇੱਕ ਜਗ੍ਹਾ ਛੜਤੀ ਬਸ ਜਗ੍ਹਾ ਛੜਦੀ ਹਾਂ ਹਾਂ ਬਸ ਹਾਂ ਜੋ ਸੁੱਖ ਸਹੂਲਤਾਂ ਹਾਂ ਬਸ ਇਹ ਚਲੋ ਬਹੁਤ ਬਹੁਤ ਵਧੀਆ ਗੱਲ ਹੈ ਜੀ ਤੁਹਾਡੇ ਨਾਲ ਵੀ ਗੱਲ ਕਰਾਂਗੇ ਕੀ ਨਾ ਜੀ ਮੇਰਾ ਨਾ ਜਰਨਲਿਸਟ ਹੈਂਗਾ ਜੀ ਇਹ ਵਿਕਾਸ ਕਾਰਜ ਪਿੰਡ ਦੇ ਕਿਵੇਂ ਹੈ ਗਲੀਆਂ ਨਾਲੀਆਂ ਦਾ ਗੱਲ ਕਰੀਏ ਆਪਾਂ ਜਾਂ ਕੋਈ ਸਾਂਝੀ ਚੀਜ਼ ਕੋਈ ਸਰਪੰਚੀ ਦੇ ਕਾਰਜਕਾਲ ਦੌਰਾਨ ਬਣੀ ਹੋਵੇ ਕੋਈ ਇਹੋ ਜਿਹਾ ਹੈ ਨੇ ਠੀਕ ਹੈ ਸਾਰਾ ਕੁਝ ਠੀਕ ਇੱਥੋਂ ਦਾ ਯਾਰ ਕੋਈ ਨਿੱਕੇ ਸੇ ਨਾ ਕਿਸੇ ਦਾ ਕੋਈ ਹੈ ਨਹੀਂ ਕੋਈ ਵਿਕਾਸ ਠੀਕ ਹੈ ਜਿਹੜਾ ਜਿਹੜਾ ਵੀ ਕੋਈ ਸਰਪੰਚ ਮੰਦਾ ਠੀਕ ਹੀ ਮੰਦਾ ਕੋਈ ਸਾਰੇ ਵਿਕਾਸ ਹੋਏ ਨੇ ਗਲੀਆਂ ਨਾਲੀਆਂ ਸਭ ਪੱਕੀਆਂ ਸੁਣ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਕੋਈ ਸੁੱਖ ਸਹੂਲਤਾਂ ਪੱਖੋਂ ਕਮੀ ਕਹਿਣ ਦਾ ਮਤਲਬ ਵੀ ਆਪਾਂ ਨੂੰ ਜਰ ਆ ਸਹੂਲਤ ਜੇ ਪਿੰਡ ਚ ਹੋਵੇ ਤਾਂ ਵਧੀਆ ਗੱਲ ਸੀ ਇਹਦੇ ਪਿੱਛੇ ਆਪਾਂ ਨੂੰ ਦੂਰ ਜਾਣਾ ਪੈਂਦਾ ਦੂਰ ਤਾਂ ਜੀ ਅਸਲ ਤਾਂ ਡਿਸੈਂਪੈਂਸਰੀ ਕੋ ਨਹੀਂ ਕਿ ਪਸ਼ੂ ਡੰਗਰ ਜੇ ਬਿਮਾਰ ਜੇ ਕੋਈ ਕਿਸੇ ਦਾ ਥਾਦਾ ਨਹੀਂ ਕੋ ਨਹੀਂਗਾ ਕੋਈ ਜੀ ਜੀ ਨਹੀਂ ਥੇਗੀ ਸਭ ਤੋਂ ਵੱਡਾ ਦਾ ਪਸ਼ੂਆਂ ਦਾ ਡਾਕਾ ਜੇ ਕੋਈ ਪਸ਼ੂ ਬਿਮਾਰ ਹੋ ਜੇ ਤਾਂ ਡਾਕਟਰ ਬਾਹਰੋਂ ਬੁਲਾਉਣਾ ਪੈਂਦਾ ਤੇ ਉਹ ਚੀਜ਼ ਤਾਂ ਹੈ ਹੀ ਨਹੀਂ ਇੱਥੇ ਹੈ ਹੀ ਨਹੀਂ ਨਾ ਨਾ ਤੇ ਬੰਦਿਆਂ ਦੀ ਵੀ ਡਿਸਪੈਂਸਰੀ ਨਹੀਂ ਹੈਗੀ ਨਾ ਬੰਦਿਆਂ ਦੀ ਕੋਈ ਨਹੀਂ ਚੀ ਕੋਈ ਚੀਜ਼ ਨਹੀਂ ਜੇ ਰਾਤ ਰਾਤ ਤੇ ਐਮਰਜੈਂਸੀ ਜਰੂਰ ਹਾਂ ਜੀ ਐਮਰਜੈਂਸੀ ਕਿਸੇ ਨੂੰ ਲੋਡ ਪੈ ਜਾਏ ਪਰ ਗੱਡੀ ਤੇ ਅਗਲੇ ਨੇ ਸਰਦਗੁਲਗੜ ਜਾਂ ਜਿੱਥੇ ਵੀ ਕਿਤੇ ਮਤਲਬ ਮੋੜਲਾ ਅਜਬਾਸ ਕਿ ਕੋਈ ਨਾ 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 ਤੇ ਬੰਦਿਆਂ ਦਾ ਚਾਹੇ ਪਸ਼ੂਆਂ ਨਾ ਨਾ ਪਸ਼ੂਆਂ ਕੋਈ ਚੀਜ਼ ਨਹੀਂ ਗਈ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਠੀਕ ਹੈ ਹਾਂ ਜੀ ਆਪਣਾ ਕੀ ਨਾਮ ਹੈ ਬਲਕਾਰ ਸਿੰਘ ਜੀ ਆ ਬਲਕਾਰ ਸਿੰਘ ਜੀ ਆਪਾਂ ਦੇਖੋ ਪਹਿਲਾਂ ਵੀ ਸਰਕਾਰਾਂ ਆਈਆਂ ਕਾਂਗਰਸੀ ਸਰਕਾਰ ਆਈ ਤੇ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਦਲਾਅ ਦੀ ਸਰਕਾਰ ਹੈ ਜਿਹੜੀ ਆਈ ਹੈ ਤੇ ਕੁਝ ਬਦਲਾਅ ਜਿਹੜੀ ਚਾਹੁੰਦੀ ਹੈ ਤੇ ਲੱਗਦਾ ਤੁਹਾਨੂੰ ਵੀ 2 ਸਾਲ ਬੀਤਣ ਨੂੰ ਆ ਕੇ ਕੋਈ ਬਦਲਾਅ ਇਹਦੇ ਵਿੱਚ ਹੋਇਆ। ਤਾਂ ਜੋ ਉਸੇ ਤਰ੍ਹਾਂ ਹੀ ਚੱਲਦਾ ਪਿਆ ਕੰਮ ਕੋਈ ਇਨਾ ਫਰਕ ਨਹੀਂ ਪਿਆ। ਕੋਈ ਫਰਕ ਨਹੀਂ ਪਿਆ। ਤੇ ਪਿੰਡ ਨੂੰ ਦੇਖਿਆ ਜਾਵੇ ਤਾਂ ਸੁੱਖ ਸਹੂਲਤਾਂ ਦੇ ਵਜੋਂ ਕਿਵੇਂ ਆ ਪਿੰਡ? ਠੀਕ ਹੈ ਜਿਵੇਂ ਤੁਹਾਨੂੰ ਦੱਸਿਆ ਭਾਈ ਸਾਹਿਬ ਹੋਰਾਂ ਨੇ ਕਿ ਜਿਹੜੀਆਂ ਕਮੀਆਂ ਚੀਜ਼ਾਂ ਚਾਹੀਦੀਆਂ ਪਿੰਡ 'ਚ। ਆਸਪਤਾਲ ਹੋਰ ਆ ਬੰਦਿਆ ਹਸਪਤਾਲ ਪਸਗਵਾਂ ਦਾ ਹਾਂ ਹਾਂ ਹੋਰ ਕੋਈ ਛੱਪੜ ਵਾਸਤੇ ਬਰਾ ਡੈਰਾ ਵਗੈਰਾ ਸਾਰਾ ਚਲੋ ਗਰਾਊਂਡ ਤਾਂ ਬਣ ਗਿਆ ਠੀਕ ਹੈ ਠੀਕ ਹੈ ਤੇ ਕੋਈ ਵੀ ਚੀਜ਼ ਜੋ ਕੋਈ ਬਣ ਜੇ ਨਗਰ ਚ ਠੀਕ ਚੰਗਾ ਹੀ ਹੈ ਚੰਗੀ ਗੱਲ ਹੈ ਬਿਲਕੁਲ ਬਿਲਕੁਲ ਆਪਾਂ ਇਧਰ ਬਜ਼ੁਰਗ ਬੈਠੇ ਇਹਨਾਂ ਨਾਲ ਵੀ ਗੱਲ ਕਰਾਂਗੇ ਬਪੂ ਜੀ ਸਸਤੀ ਕਾਰ ਕੀ ਨਾਮ ਹੈ ਜੀ ਚੰਨ ਸਿੰਘ ਜੀ हां बापू जी जे आपा गल करिए दे ता हर ਪਿੰਡ ਦੇ ਵਿੱਚ ਦੇਖੋ ਨਸ਼ਿਆਂ ਦੀ ਭੰਮਾਰ ਹੈ ਬਹੁਤ ਜ਼ਿਆਦਾ ਕਮੇਡੀਆਂ ਬਣੀਆਂ ਹੋਈਆਂ ਹੋਗੀਆਂ ਨਸ਼ਾ ਛਡਾਉਣ ਵਾਸਤੇ ਤਾਂ ਇਸ ਪਿੰਡ ਦੇ ਵਿੱਚ ਵੀ ਕੋਈ ਏਦਾਂ ਦਾ ਹੈਗਾ ਕੋਈ ਨਸ਼ੇ ਵਾਲਾ ਨਸ਼ੇ ਵਾਲੇ ਹੋਵੇ ਤਾਂ ਬਈ ਆਪਾਂ ਮੈਨਾਂ ਪਤਾ ਨਹੀਂਗਾ ਪਤਾ ਨਹੀਂ ਹੈਗਾ ਨਾ ਵੀ ਆਪਾਂ ਲੋਕੀ ਕਹਿੰਦੇ ਨੇ ਬਹੁਤੀ ਨਹੀਂ ਜੀ ਹਾਂਜੀ ਕੋਈ ਖਾਸ ਨਹੀਂ ਐਵੇਂ ਕੀ ਜੇ ਕੋਈ ਦੋ ਇੱਕ ਦੋ ਹੁੰਦਾ ਥੋੜੇ ਬਹੁਤੇ ਨੇ ਕੋਈ ਹਾਂ ਦੇ ਬਰਾबरी ਹੈ ਉਹ ਨਾਂ ਦੇ ਬਰਾਵੇ ਕੁਝ ਨਹੀਂ ਸਾਡੀ ਨਿਗਾਹ 'ਚ ਤਾਂ ਹੈਗਾ ਕੋਈ ਨਾ ਕਿਸੇ ਨੇ ਵੇਖਿਆ ਦਾਰੂ ਪੀਂਦਾ ਨਾ ਕੋਈ ਗੋਲੀ ਘਪਾ ਮ ਕੋਈ ਜੇ ਮਾੜੇ ਮੋੜ ਕਰਦਾ ਉਹਦਾ ਕਰਦਾ ਕੋਈ ਹਾਂਜੀ ਹਾਂਜੀ ਐਵੇਂ ਕਹੀ ਜਾਂਦੀ ਕਹੀ ਵੀ ਜਦ दारू ਨਾ ਕੋ ਸਾਡੇ ਪਿੰਡ ਕੋ दारू ਵੇਖਦੀ ਐਡੀ ਕੋ ਨਾ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਠੀਕ ਹੈ ਨੋ ਕਿਉਂਕਿ ਕਿਉਂਕਿ ਪਤਾ ਕੀ ਹੈ ਮੇਰਾ ਪੁੱਛਣ ਦਾ ਮਤਲਬ ਕੀ ਸੀ ਨਾ ਕੱਲ ਕੇ ਪਰਸੋ ਸੀ ਆਲੂਪੁਰ ਗਏ ਸੀਗੇ ਤਾਂ ਆਲੂਪੁਰਾਂ ਦਾ ਇੱਕੋ ਹੀ ਜਿਹੜਾ ਸੀਗਾ ਮਕਸਦ ਵੀ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਦੇ ਹੋ ਸਾਡੀ ਨੌਜਵਾਨੀ ਬਚ ਜੂ ਹਾਂ ਠੀਕ ਹੈ ਪਰ ਆਪਣੇ ਤੁਸੀਂ ਕਹਿ ਰਹੇ ਹੋ ਵੀ ਇੱਥੇ ਕੋਈ ਨਸ਼ਾ ਹੈ ਨਹੀਂ ਨਾ 18 ਪਿੰਡ ਖੜਾ ਬੰਦੇ ਇਹਨਾਂ ਨੂੰ ਕੋਈ ਚੀਜ਼ ਨਹੀਂ ਹੈ ਹੀ ਨਹੀਂ ਕੋਈ ਮਾੜੀ ਮੋੜ ਜਲ ਚੋਰੀ ਛਪੋਰੀ ਕੋਈ ਨਸ਼ਾ ਹੋਗਾ ਅਸੀਂ ਤਾਂ ਵੇਖਿਆ ਨਹੀਂ ਕੋਈ ਵੇਕਦਾ ਕਰਦਾ ਕੋਈ ਨਾ ਕੋਈ दारू ਨਾ ਕੋਈ ਹੋਰ ਚੀਜ਼ ਨਾ ਕੋਈ ਗੋਲੀ ਗੱਪਾ ਕੋਈ ਸਾਡੇ ਪਿੰਡ ਤਾਂ ਹੈ ਨਹੀਂਗਾ ਠੀਕ ਹੈ ਦਸ ਇਹਨਾਂ ਦੇ ਦੱਸਣ ਮੁਤਾਬਕ ਨਾ ਇਹਨਾਂ ਦੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ ਵੀ ਜਦੋਂ ਪਾਕਿਸਤਾਨ ਬਣਿਆ ਉਹਦੇ 5-6 ਸਾਲ ਦੇ ਸੀਗੇ ਜਿਆਦਾ ਉਮਰ ਨਹੀਂ ਬਜ਼ੁਰਗ ਤੇ ਉਹ ਬਜ਼ੁਰਗ ਹਲਵਾਣੀ ਨੇ 5-6 ਸਾਲ ਦੇ ਸੀ ਇਹ ਕੋਈ ਜਿਆਦਾ ਮਤਲਬ ਨਾ ਨਹੀਂ ਸੀ ਚਲੋ ਜਿੰਨੇ ਸੀ ਇਸ ਕਰਕੇ ਨਾ ਉਹ ਉਸ ਬਾਰੇ ਜਾਂ ਪਕਈ ਵੀ 47 ਦੇ ਦੰਗਿਆਂ ਬਾਰੇ ਜਾਂ 47 ਵੰਡ ਬਾਰੇ ਕੋਈ ਬਹੁਤਾ ਨਹੀਂ ਇਹਨਾਂ ਨੂੰ ਪਤਾ ਉ ਸਾਡੇ ਪਿੰਡ ਚ ਇੱਕ ਇੱਕ ਦੋ ਬਜ਼ੁਰਗ ਹੈਗੇ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਤਕਰੀਬਨ ਤਕਰੀਬਨ ਸਾਰੇ ਬਜ਼ੁਰਗ ਜਿਹੜੇ ਉਹ ਵੈਗਰੂ ਨੂੰ ਪਿਆਰੇ ਹੋਗੇ ਪਿਆਰੇ ਹੋਗੇ ਹਾਂਜੀ ਚਲੋ ਇਹ ਦੁਨੀਆ ਜਿਹੜੀ ਗੱਲ ਪਹਿਲਾਂ ਇਹਨਾਂ ਨੇ ਕੀਤੀ ਡਿਸਪੈਂਸਰੀ ਦੀ ਡਿਸਪੈਂਸਰੀ ਜਿਹੜੀ ਪਸ਼ੂ ਦੀ ਡਿਸਪੈਂਸਰੀ ਹੈ ਉਹ ਉਦੋਂ ਦੇ ਮੌਕੇ ਦੇ ਜਿਹੜੇ ਸੀਗੇ ਮੰਤਰੀ ਸ਼ੇਰ ਸਿੰਘ ਗੱਗਵਾਲ ਉਹਨਾਂ ਨੇ ਨੀ ਪੱਥਰ ਰੱਖਿਆ 2 ਸਾਲ ਉਹ ਡਿਸਪੈਂਸਰੀ ਇੱਥੇ ਚੱਲਦੀ ਵੀ ਰਹੀ ਹੈ ਚੱਲੀ ਵੀ ਹੈ ਦਸੰਬਰ 1996 ਦੇ ਵਿੱਚ ਉਹਨਾਂ ਨੇ ਇਹ ਜਿਹੜੀ ਆ ਡਿਸਪੈਂਸਰੀ ਚਾਲੂ ਕੀਤੀ ਫਿਰ ਪਤਾ ਨਹੀਂ ਕਿਉਂ ਕਿਸ ਕਾਰਨ ਕਰਕੇ ਉਹ ਡਿਸਪੈਂਸਰੀ ਇੱਥੋਂ ਚੱਕੀ ਗਈ ਠੀਕ ਹੈ ਹਾਂਜੀ ਸਾਨੂੰ ਇਸ ਚੀਜ਼ ਦੀ ਬੜੀ ਘਾਟ ਮਹਿਸੂਸ ਹੁੰਦੀ ਹੈ ਸਾਡੇ ਪਿੰਡ ਦੁੱਧ ਸੋਸਾਇਟੀ ਹੈ ਲੋਕਾਂ ਦਾ ਦੁੱਧ ਦਾ ਕਾਰੋਬਾਰ ਹੈ ਪਸ਼ੂਆਂ ਨਾਲ ਯਾਨੀ ਉਹਨਾਂ ਦਾ ਕਾਰੋਬਾਰ ਹੈ ਤੇ ਉਹਨਾਂ ਪਸ਼ੂਆਂ ਲਈ ਉਹਨਾਂ ਨੂੰ ਜਿਹੜੀ ਇਹ ਬੜੀ ਜਿਹੜੀ ਹੈ ਉਹ ਮੁਸ਼ਕਲ ਆਉਂਦੀ ਹੈ ਜਿਹੜੀ ਸਾਡੇ ਪਿੰਡ ਦੀ ਦੁੱਧ ਸੁਸਾਇਟੀ ਹੈ ਉਹ ਪਿਛਲੇ ਜਿਹੜਾ ਸਰਵੇ ਹੋਇਆ ਹੈ ਉਹ ਜ਼ਿਲ੍ਹੇ ਦੀਆਂ ਚੰਗੀਆਂ ਸੁਸਾਇਟੀਆਂ ਵਿੱਚੋਂ ਗਣੀ ਗਈ ਹੈ ਜ਼ਿਲ੍ਹੇ ਜ਼ਿਲ੍ਹੇ ਠੀਕ ਹੈ ਜੀ ਆ ਹੁਣ ਪਿਛਲੇ ਹਫਤੇ ਉਹਨਾਂ ਨੇ ਜਿਹੜਾ ਇਨਾਮ ਵੰਡ ਸਮਾਰੋਹ ਵੀ ਕੀਤਾ ਮੁਨਾਫਾ ਵੰਡ ਵੀ ਉਹਨਾਂ ਨੇ ਕੀਤੀ ਯਾਨੀ ਮੁਨਾਫਾ ਵੰਡਿਆ ਲੋਕਾਂ ਨੂੰ ਦੁੱਧ ਉਤਪਾਦ ਕਾਨੂੰਨ ਉਹਨਾਂ ਨੇ ਇਨਾਮ ਦੇ ਕੇ ਨਵਾਜਿਆ ਦੂਸਰੀ ਸਾਡੇ ਜਿਹੜੀ ਕੋਆਪਰੇਟਿਵ ਸੁਸਾਇਟੀ ਹੈ ਸਾਡੇ ਕੌੜੀਵਾੜਾ ਭਲਣਵਾੜਾ ਇਸ ਸਰਦੂਲੇ ਵਾਲਾ ਇਹ ਤਿੰਨ ਪਿੰਡਾਂ ਦੀ ਸਾਂਝੀ ਹੈ ਪਹਿਲਾਂ ਸਾਡੀ ਇਹ ਸੋਸਾਇਟੀ ਫੂਸ ਮੰਡੀ ਨਾਲ ਸਾਂਝੀ ਸੀ ਹੁਣ ਫੂਸ ਮੰਡੀ ਦੇ ਸਾਧੂ ਵਾਲਾ ਦੀ ਵੱਖਰੀ ਸੋਸਾਇਟੀ ਹੈ ਸਾਡੀ ਤਿੰਨ ਪਿੰਡਾਂ ਦੀ ਵੱਖਰੀ ਹੈ ਸੋਸਾਇਟੀ ਦੀ ਆਪਦੀ ਬਿਲਡਿੰਗ ਹੈ ਆਪਦਾ ਗੋਦਾਮ ਹੈ ਆਪਦੇ ਸੰਦ ਨੇ ਜਿਹੜੇ ਸੰਦ ਇੱਥੇ ਦੋ ਤੱਪਾ ਇਹ ਵੀ ਨਹੀਂ ਸਾਹਮਣੇ ਦਿਖ ਰਹੇ ਨੇ ਤੇ ਬੜੀ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਸੀਜ਼ਨ ਦੇ ਵਿੱਚ ਖਾਦ ਤੋਂ ਕੋਈ ਇੱਕ ਦਿੱਕਤ ਨਹੀਂ ਆਈ ਐਸਾ ਲੋਕ ਨਹੀਂ ਸੀ ਡੀਏਪੀ ਦੀ ਦਿੱਕਤ ਆਉਗੀ ਪਰ ਨਹੀਂ ਸਾਨੂੰ ਜਿਹੜੀ ਹੈ ਡੀਏਪੀ ਬਹੁਤ ਪਹਿਲਾਂ ਮਿਲ ਗਈ ਸੀ ਇਹ ਸਾਡੇ ਸੂਝਵਾਨ ਸੈਕਟਰੀ ਦੀ ਜਿਹੜੀ ਮਿਹਰਬਾਨੀ ਕਰਕੇ ਸਾਨੂੰ ਜਿਹੜੀ ਖਾਦ ਦੀ ਕਦੇ ਵੀ ਦਿੱਕਤ ਨਹੀਂ ਆਈ ਇਹ ਇੱਕ ਤਾਂ ਸੋਦੇ ਪਿੰਡ ਦੇ ਵਿੱਚ ਬੋਰ ਸਿੰਘ ਜਿਹੜੇ ਇੰਟਰਨੈਸ਼ਨਲ ਕਬੱਡੀ ਖਿਡਿਆਰੀ ਹੋਏ ਆ ਉਹਨਾਂ ਨੇ ਨਾਮ ਪਿੰਡ ਦਾ ਰੋਸ਼ਨ ਕਰਿਆ ਕੋਈ ਹੋਰ ਵਿਅਕਤੀ ਵੀ ਆਪਣੇ ਇਥੇ ਪਿੰਡ ਦਾ ਹੋਇਆ ਜਿਨੇ ਕੋਈ ਪੂਰੀ ਦੁਨੀਆ ਦੇ ਵਿੱਚ ਜਿਹੜਾ ਪਿੰਡ ਕੌੜੀਵਾਲੇ ਦਾ ਨਾਮ ਰੋਸ਼ਨ ਕੀਤਾ ਹੋਵੇ ਨਹੀਂ ਐਸਾ ਤਾਂ ਕੋਈ ਨਹੀਂ ਜੇ ਆਜਾ ਕੋਈ ਬਾੜਾ ਜੇ ਅਪਕਈ ਵੀ ਬੜਾ ਪੁਰਾਣੇ ਸਮਿਆਂ ਦੇ ਵਿੱਚ ਹੋਵੇ ਕੋਈ ਹੁਣ ਪੁਰਾਣੇ ਸਮੇਂ ਚ ਆਪਣਾ ਉਹ ਵੀ ਖੇਡਦਾ 1947 ਵਿੱਚ ਜਦੋਂ ਵੰਡ ਹੋਈ ਤੇ ਇਧਰ ਆਏ ਤਾਂ ਸਾਡੇ ਇਹ ਬੋਰ ਸਿੰਘ ਦਾ ਸ਼ਰੀਕੇ ਜੋ ਤਾਇਆ ਲੱਗਦਾ ਬਲਕਾਰ ਸਿੰਘ ਉਹ ਵੀ ਬਹੁਤ ਸਰੀਰ ਦਾ ਖਿਡਾਰੀ ਰਹੇ ਮਤਲਬ ਉਹਨਾਂ ਦਿਨਾਂ ਦੇ ਵਿੱਚ ਉਹਨੂੰ ਐਸਆਈ ਭਰਤੀ ਕਰਦੇ ਸੀ ਪਰ ਉਹ ਪਤਾ ਨਹੀਂ ਕਿਉਂ ਕਿਸੇ ਕਾਰਨ ਕਰਕੇ ਉਹ ਪੁਲਿਸ ਵਿੱਚ ਨਹੀਂ ਗਏ ਤੇ ਬਾਅਦ ਵਿੱਚ ਜਦੋਂ ਸਾਡੀ ਪੰਚਾਇਤ 1972 ਚ ਵੱਖਰੀ ਹੋਈ ਹੈ ਤਾਂ 1972 ਚ ਪਹਿਲੇ ਸਰਪੰਚ ਵੀ ਬਲਕਾਰ ਸਿੰਘ ਹੀ ਬਣੇ ਸੀ ਉਹ ਵੀ ਕਬੱਡੀ ਦੇ ਖਿਡਾਰੀ ਰਹੇ ਨੇ ਠੀਕ ਹੈ ਹਾਂਜੀ ਬਹੁਤ 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 ਇਹ ਇਲਾਕੇ ਦੇ ਜਿਹੜੇ ਹੋਰ ਕਬੱਡੀ ਦੇ ਖਿਡਾਰੀ ਸੀ ਜਿਵੇਂ ਮਾਨਖੇੜ ਦਾ ਸਰਦ ਬਲਜਿੰਦਰ ਸਿੰਘ ਸੀਗੇ ਧਗਾਣੇ ਪਿੰਡ ਦੇ ਚਾਰ ਪੰਜ ਭਾਈ ਸੀ ਜਸਵੀਰ ਸਿੰਘ ਸੀ ਅਜੈਬ ਸਿੰਘ ਸੀ ਅਮਰ ਸਿੰਘ ਸੀ ਇਹ ਸਾਰਿਆਂ ਦਾ ਗਰੁੱਪ ਸੀ ਔਰ ਇਹ ਆਪ ਦੀ ਗਰੁੱਪ ਚ ਬੜੇ ਵਧੀਆ ਟੰਗ ਨਾਲ ਖੇਡਦੇ ਸੀ ਔਰ ਅੱਛੀ ਇਹਨਾਂ ਦੀ ਟੀਮ ਸੀ ਤੇ ਅੱਛਾ ਹੀ ਇਹਨਾਂ ਦੀ ਪਰਫਾਰਮੈਂਸ ਸੀਗੀ ਬਹੁਤ ਵਧੀਆ ਹਾਂਜੀ ਹਾਂ ਬਹੁਤ ਵਧੀਆ ਗੱਲ ਜੀ ਅੱਜ ਦਰਸ਼ਕੋ ਸਾਨੂੰ ਬੋਰ ਸਿੰਘ ਨਾਲ ਵੀ ਮਿਲਾਉਣਾ ਸੀ ਪਰ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਉਹ ਵਿਆਹ ਸ਼ਾਦੀਏ ਦੇ ਵਿੱਚ ਹੈ ਜਿਹੜੇ ਗਏ ਆ ਤੇ ਇੱਥੇ ਖਾਲਸਾ ਖਾਲਸਾ ਜੀ ਵੀ ਬੈਠੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਖਾਲਸਾ ਜੀ ਮੇਰਾ ਨਾਮ ਆ ਜੀ ਬਲਦੇਵ ਸਿੰਘ ਜੀ ਹਾਂ ਇੱਥੇ ਗੁਰਦੁਆਰੇ ਦੇ ਵਿੱਚ ਦਰਸ਼ਕੋ ਦੱਸ ਦਈਏ ਵੀ ਸੇਵਾ ਕਰ ਰਹੇ ਨੇ ਤਾਂ ਖਾਲਸਾ ਜੀ ਤੁਹਾਨੂੰ ਪੁੱਛਾਂਗੇ ਵੀ ਪਿੰਡ ਛੋਟਾ ਇਹ ਸਾਡਾ ਪਿੰਡ ਜਿਹੜਾ ਕੌੜੀ ਹੈ ਨਾ ਜੀ ਇੱਥੇ ਦੋ ਸਮਾਗਮ ਤਾਂ ਵੱਡੇ ਸਾਰੇ ਜ਼ਿਮੀਂਦਾਰ ਬਲਾਦਰੀ ਜਾਂ ਹੋਰ ਜਿੰਨੀਆਂ ਵੀ ਬਲਾਦਰੀਆਂ ਨੇ ਛਮਾਈ ਤੇ ਸ੍ਰੀ ਖੰਡ ਪਾਟ ਸਾਹਿਬ ਆਰੰਭ ਕਰਵਾਉਂਦੇ ਨੇ ਤਿੰਨ ਦਿਨ ਫਿਰ ਸਾਰੇ ਆਪਣੇ ਵੈਰ ਵਿਰੋਧ ਮਿਟਾ ਕੇ ਇੱਕ ਪੰਕਤ ਦੇ ਵਿੱਚ ਬੈਠ ਕੇ ਤਿੰਨ ਦਿਨ ਇੱਥੇ ਪ੍ਰਸ਼ਾਦਾ ਛਕਣਾ ਇੱਕ ਦੂਜੇ ਨਾਲ ਪਿਆਰ ਪਾਉਣਾ ਮੈਨੂੰ ਤਕਰੀਬਨ 10-11 ਸਾਲ ਹੋ ਗਏ ਨੇ ਗੁਰੂ ਘਰ ਦੀ ਸੇਵਾ ਕਰਦੇ ਨੂੰ ਪਿੰਡ ਨੇ ਸੇਵਾ ਦਿੱਤੀ ਹੋਈ ਹੈ ਬੜਾ ਮਾਣਤਾ ਨੇ ਪਿੰਡ ਦੇ ਵਿੱਚ ਤੇ ਇਹ ਦੇਖਣ ਦੇ ਵਿੱਚ ਆਇਆ ਕਿ ਇੱਥੇ ਇਹ ਨਹੀਂ ਸਾਨੂੰ ਪਤਾ ਲੱਗ ਸਕਿਆ ਜਦੋਂ ਇਕੱਠੇ ਹੁੰਨੇ ਆ ਕਿ ਕੋਈ ਕਿਸੇ ਨਾਲ ਲੜਿਆ ਜਾਂ ਨਹੀਂ ਲੜਿਆ ਇੱਕ ਹੀ ਜਗ੍ਹਾ ਤੇ ਬੈਠ ਕੇ ਪਿਆਰ ਬਹੁਤ ਆਪਸ ਦੇ ਵਿੱਚ ਪਿੰਡ ਦਾ ਪਿਆਰ ਹੈ ਔਰ ਇੱਕ ਦੂਜੇ ਨਾਲ ਹਮਦਰਦੀ ਬਹੁਤ ਹੈ ਬਿਲਕੁਲ ਬਹੁਤ ਜਿਆਦਾ ਹਮਦਰਦੀ ਤੇ ਇਸ ਤਰ੍ਹਾਂ ਦੋ ਤਾਂ ਅਸੀਂ ਸਮਾਗਮੇ ਕਰਦੇ ਆ ਜੀ ਤੀਸਰਾ ਸਮਾਗਮ ਜਿਸ ਤਰ੍ਹਾਂ ਸਾਬਜਾਦਿਆਂ ਦੀ ਗੱਲ ਕੀਤੀ ਏ ਹਾਂਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 13 ਪੋ ਦੇ ਉਹ ਬਾਬੇ ਮੂਣੀ ਜੀ ਨੇ ਚਲਾਇਆ ਸੀ ਕੰਮ ਜੀ ਤੇ ਉਸ ਵੀ ਸੰਗਤਾਂ ਰਲ ਮਿਲ ਕੇ ਤਿੰਨ ਦਿਨ ਉੱਥੇ ਵੀ ਖੂਬ ਲੰਗਰ ਪਾਣੀ ਚੱਲਦਾ ਸ੍ਰੀ ਖੰਡ ਪਟ ਸਾਹਿਬ ਹੁੰਦੇ ਨੇ ਭੋਗ ਵਾਲੇ ਦਿਨ ਦੁਵਾਨ ਲੱਗਦੇ ਨੇ ਢਾਡੀ ਕਵੀਸ਼ਰ ਗੁਰੂ ਕਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਤੇ ਦੋ ਦਿਹਾੜੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇਹ ਵੀ ਅਸੀਂ ਜਿੰਨਾ ਕੁ ਸੇਯੋਗਾ ਮਿਲ ਜਾਂਦਾ ਪਿੰਡ ਦਾ ਤੇ ਅਸੀਂ ਉਹ ਵੀ ਗੁਰਪੁਰ ਮਨਾਉਨੇ ਆ ਜੀ ਤੇ ਬਾਕੀ ਹੋਰ ਛੋਟੇ ਮੋਟੇ ਜਿਹੜੇ ਪ੍ਰੋਗਰਾਮ ਨੇ ਉਹ ਚੱਲਦੇ ਰਹਿੰਦੇ ਨੇ ਜੀ ਤੇ ਇੱਕ ਇਹ ਬੇਨਤੀ ਹੈ ਜੀ ਤੁਹਾਡੇ ਚੈਨਲ ਲਈ ਵੀ ਸਾਡੇ ਵਾਟਰ ਬਾਕਸ ਦਾ ਜਿਹੜਾ ਕੰਮ ਹੈ ਨਾ ਇਹ ਬਹੁਤ ਠਿੱਲਾ ਕੰਮ ਹੈ ਠੀਕ ਹੈ ਕਿਉਂਕਿ ਹੁਣ ਦੇਖੋ ਨਹਿਰ ਬਣ ਰਹੀ ਹੈ ਤੇ ਪਾਣੀ ਹੁਣ ਲੋਸਮੈਂਟ ਆਸੀਂ ਕਰ ਦਿੱਤੀਆਂ ਵੀ 2 ਮਹੀਨੇ ਨਹਿਰ ਚ ਪਾਣੀ ਨਹੀਂ ਆਉਣਾ ਸੀਮਿਤ ਪਾਣੀ ਵਰਤੋ ਤੇ तकरीबन ਘਰਾਂ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਪਾਣੀ ਪੀਣ ਵਾਲਾ ਜਿਹੜਾ ਬਹੁਤ ਅੱਛਾ ਨਹੀਂ ਤੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੋਈ ਚੰਗਾ ਡੂੰਗਾ ਬੋਰ ਕਰਕੇ ਭਾਵੇਂ ਨਹਿਰ ਦੇ ਕੰਢੇ ਬੋਰ ਕੀਤਾ ਜਾਵੇ ਸਰਕਾਰ ਵੱਲੋਂ ਤੇ ਜਦੋਂ ਨਹਿਰ ਸੁੱਕਦੀ ਉਦੋਂ ਬੋਰ ਚਾਲੂ ਕਰਕੇ ਪਾਣੀ ਤਲਾ ਦੇ ਵਿੱਚ ਪੂਰਾ ਕੀਤਾ ਜਾਵੇ ਕਿਉਂਕਿ ਗਰੀਬਾਂ ਨੂੰ ਇੱਥੇ ਪਾਣੀ ਦੀ ਜਦੋਂ ਛੋਟ ਆਉਂਦੀ ਹੈ ਨਾ ਬਹੁਤ ਔਖਾ ਹੋ ਜਾਂਦਾ ਹੈ ਵੈਸੇ ਸਾਰੇ ਪਿੰਡ ਨੂੰ ਔਖਾ ਹੁੰਦਾ ਕਿਉਂਕਿ ਪੀਣ ਵਾਲਾ ਪਾਣੀ ਪੀਣ ਯੋਗ ਨਹੀਂ ਹੈ ਆ ਗਰਾਊਂਡ ਪਾਣੀ ਪੀਣ ਯੋਗ ਨਹੀਂ ਪੀਣ ਯੋਗ ਨਹੀਂ ਹੈ ਪਰ ਫਿਰ ਕੀ ਹੈ ਕੋਈ ਜ਼ਿੰਮੇਦਾਰ ਵੱਡਾ ਘਾਰੇ ਉਹ ਆਪਦਾ ਰੋ ਲਾ ਲੇਗਾ ਪਰ ਆਰੋ ਵੀ ਬਹੁਤਾ ਚਿਰ ਨਹੀਂ ਚੱਲਦਾ ਜੀ ਇਸ ਕਰਕੇ ਅਸੀਂ ਇਹ ਤੁਹਾਡੇ ਚੇਨਰਾਂ ਹੀ ਮੰਗ ਕਰਦੇ ਆ ਸਰਕਾਰ ਤੋਂ ਕਿ ਇੱਕ ਤਾਂ ਸਾਡੇ ਵਾਟਰ ਬਾਕਸ ਦਾ ਖਾਸ ਕਰਕੇ ਖਿਆਲ ਕੀਤਾ ਜਾਵੇ ਪਾਣੀ ਸਟਾਕ ਕਰਨ ਦਾ ਕੋਈ ਜਰੀਆ ਬਣਾਇਆ ਜਾਵੇ ਬਣਾਇਆ ਜਾਵੇ ਅਸੀਂ ਤਾਂ ਮੰਗ ਕਰਦੇ ਵੀ ਬੋਰ ਕੀਤਾ ਜਾਵੇ ਕਿ ਸਪੈਸ਼ਲ ਭਾਵੇਂ ਪਹਿਲਾਂ ਬੋਰ ਹੋਏ ਹੋਣਗੇ ਸਾਨੂੰ ਨਹੀਂ ਉਹਦੇ ਬਾਰੇ ਜਾਣਕਾਰੀ ਵੀ ਨਹਿਰ ਦੇ ਕੰਡੇ ਬੋਰ ਕਰਕੇ ਪਾਈਪ ਲਾਈਨ ਉਹਦੇ ਵਿੱਚ ਪਾਈ ਜਾਵੇ ਜਦੋਂ ਟੈਸਟ ਕਰਨ ਜੋ ਕਰਕੇ ਪੀਣ ਯੋਗ ਪਾਣੀ ਦਿੱਤਾ ਜਾਵੇ ਆ ਜੇ ਵੀ ਘਰਾਂ ਦੇ ਵਿੱਚ ਵਰਤਣ ਵਾਸਤੇ ਤਾਂ ਪਾਣੀ ਆਵੇ ਨਾ ਜੀ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਦੂਜੇ ਜਿੰਨੇ ਪਿੰਡ ਦੇ ਨੌਜਵਾਨ ਨੇ ਲੜਕੀਆਂ ਲੜਕੇ ਪੜੇ ਨੇ ਨੌਕਰੀਆਂ ਤੇ ਬਹੁਤ ਵਾਂਝੇ ਨੇ ਜੀ ਬਹੁਤ ਜਿਆਦਾ ਵਾਂਝੇ ਨੇ ਤੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਬੱਚਿਆਂ ਦੀ ਬਾਹ ਫੜੀ ਜਾਵੇ ਜਦੋਂ ਆ ਦੇਖੋ ਇਹਨਾਂ ਮਹੀਨਿਆਂ ਦੇ ਵਿੱਚ ਸਾਡੇ ਪਿੰਡ ਦੇ 6-7 ਬੱਚੇ ਵਿਦੇਸ਼ ਚਲੇ ਗਏ ਨੇ ਤਕਰੀਬਨ 2-3 ਮਹੀਨਿਆਂ ਦੇ ਵਿੱਚ ਤੇ ਕਈ ਜਾਣ ਵਾਸਤੇ ਹੋਰ ਤਿਆਰ ਨੇ ਕਿਹੜੀ ਗੱਲੋਂ ਤਿਆਰ ਨੇ ਕਿ ਸਰਕਾਰ ਸਾਡੀ ਨਾ ਨੌਕਰੀ ਨਹੀਂ ਮਿਲਦੀ ਬਾਹ ਨਹੀਂ ਫੜਦੀ ਜੀ ਕੀ ਕਰਨੀ ਜੀ ਕੋਈ ਕਿਸੇ ਕੋਲ ਥੋੜੀ ਬਹੁਤੀ ਜਾਇਦਾਦ ਉਹ ਵੇਚ ਕੇ ਜਾਣ ਨੂੰ ਤਿਆਰ ਹੋਇਆ ਖੜਾ ਤੇ ਜਿਸ ਤਰ੍ਹਾਂ ਸਰਕਾਰ ਸਾਡੀ ਕੋਈ ਬਾਹ ਫੜੇ ਨੌਜਵਾਨ ਵੀਰਾਂ ਦੀ ਤੇ ਇਹਨਾਂ ਨੂੰ ਕੰਮ ਤੇ ਲਾਵੇ ਵੇਲਾ ਬੰਦਾ ਨਸ਼ੇ ਤੇ ਲੱਗੇਗਾ ਕੰਮ ਵਾਲਾ ਬੰਦਾ ਜਿਹੜਾ ਉਹ ਕੰਮ ਕਰੇਗਾ ਉਹ ਕਦੇ ਵੀ ਮਾੜੇ ਕੰਮੋਗਲ ਨਹੀਂ ਜਾਏਗਾ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਹਾਂ ਬਾਕੀ ਸਾਡਾ ਪਿੰਡ ਜਿਹੜਾ ਪਿੰਡ ਕੌੜੀਵਾੜਾ ਬਹੁਤ ਅੱਛਾ ਪਿੰਡ ਏ ਸਾਰੇ ਰਲ ਮਿਲ ਕੇ ਬੈਠਣ ਵਾਲੇ ਨੇ ਇੱਕ ਦੂਜੇ ਦੇ ਹਮਦਰਦੀ ਨੇ ਜੀ ਬਾਹਰ ਦੇ ਵੀ ਹਮਦਰਦੀ ਨੇ ਕੋਈ ਬਾਹਰੋਂ ਵੀ ਆਣ ਕੇ ਇੱਥੇ ਵਸਣਾ ਚਾਹੇ ਨਾ ਜੀ ਉਹਦੀ ਮਦਦ ਕਰਦੇ ਨੇ ਬਹੁਤ ਜਿਆਦਾ ਬਿਲਕੁਲ हां बहुत बढ़िया खालसा जी ने ਤੁਹਾਨੂੰ ਜਿਵੇਂ ਦੱਸਿਆ ਕਿ ਇਸ ਪਿੰਡ ਦੇ ਵਿੱਚ ਕਿੰਨਾ ਪਿਆਰ ਹੈ ਤੇ ਕਿੰਨਾ ਇਤਫਾਕ ਇਸ ਪਿੰਡ ਦਾ ਹੈਗਾ ਤੇ ਜਿਹੜੀ ਖਾਲਸਾ ਜੀ ਨੇ ਇੱਕ ਵੱਡੀ ਜਿਹੜੀ ਦਿੱਕਤ ਹੈ ਦੱਸੀ ਹੈ ਕਿ ਪੀਣ ਵਾਲੇ ਪਾਣੀ ਦੀ ਹੈ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਹੈ ਤੇ ਦੂਸਰਾ ਸੀ ਦੱਸ ਦਈਏ ਕਿ ਇਹੇ ਪ੍ਰੋਗਰਾਮ ਕਿਸੇ ਵੀ ਪ੍ਰੀ ਪਲੈਨਿੰਗ ਪ੍ਰੋਗਰਾਮ ਨਹੀਂ ਕੀਤਾ ਗਿਆ ਇਸ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਕੇ ਸਾਰੇ ਪਿੰਡ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਤੇ ਸਾਰੇ ਪਿੰਡ ਦਾ ਹਰ ਇੱਕ ਪਾਰਟੀ ਦਾ ਹਰ ਇੱਕ ਵਰਗ ਦਾ ਬੰਦਾ ਇੱਥੇ ਹੈਗਾ ਤੇ ਸਾਡੇ ਚੈਨਲ ਦੇ ਮਾਧਿਪ ਰਾਹੀਂ ਅਸੀਂ ਤੁਹਾਨੂੰ ਸਨਾ ਚਾਹਾਂਗੇ ਕਿ ਇਸ ਚੈਨਲ ਦੇ ਉੱਪਰ ਜਾਤ ਪਾਤ ਧਰਮ ਦਾ ਵਿਤਕਰਾ ਅਤੇ ਕਿਸੇ ਨਿੱਜੀ ਰੰਜਿਸ਼ ਦੇ ਤਹਿਤ ਕੋਈ ਵੀ ਖਬਰ ਜਿਹੜੀ ਇੱਥੇ ਪ੍ਰਕਾਸ਼ਤ ਜਿਹੜੀ ਨਹੀਂ ਕੀਤੀ ਜਾਊਗੀ ਤੇ ਇਸੇ ਨਾਲ ਹੀ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ ਅਗਲੇ ਪਿੰਡ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ